ਬਬੂ ਜੀ ਕਾਹਨੂੰ ਬਤਾਇਆ ਖੜ ਜਾ ਕੁੜੀਏ ਤੂੰ ਖੜ ਜਾ ਮੈਨੂੰ ਲਾ ਲਣ ਦੇ ਦੋ ਕੇ ਦੇ ਹੈ ਕਾਹਨੂੰ ਪੀ ਮੇਰਾ ਲਹੂ ਪੀਖਿਆ ਕੰਜਰ ਨੇ ਤੂੰ ਦੇਜਾ ਵੱਖਾ ਤਾਂ ਇਹਨੇ ਲਾ ਲਉ ਪਈ ਹੁਣ ਤੁਹਾਡੇ ਜਵਾਖਾ ਤਾਂ ਜਾਣੀ ਜਾਣਾ ਵੀ ਨਾ ਇਹਦਾ ਕੀ ਮਤਲਬ ਸੀ ਉਹਨਾਂ ਦੇ ਨਾਲ ਜਾਂਦਾ ਇਹ ਮੂੰਹ ਚੱਕ ਕੇ ਮੈਂ ਕੀ ਆਪ ਕਹਿ ਕਰੋਂ ਦਾ ਕੱਢਿਆ ਤੁਸੀਂ ਨੇ ਨਹੀਂ ਨਹੀਂ ਕੱਢਿਆ ਬਸ 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 ਭਾਈ ਭਾਈ ਨਾ ਧੱਕਾ ਨਹੀਂ ਦੇਣਾ ਹੈ ਮੈਂ ਹੁਣ ਕਿੱਥੇ ਕਿੱਥੇ ਛੜਾਵਾਂ ਯਾਰ ਹੈਂ ਬੱਲਾ ਕੁਇਦ ਰੇਖ ਨੇ ਇਹ ਤਾਂ ਉਹੀ ਹਾਲਾਤ ਰਹਿ ਗਏ ਪਹਿਲਾਂ ਵਾਲੀ ਮੂਰੇ ਉੱਠ ਕੇ ਧਰਪਿਓ ਉਹਨਾਂ ਦੇ ਹੈ ਦੱਸ ਪਹਿਲਾਂ ਮੈਨੂੰ ਸਾਲਾ ਮੂਰੇ ਬੋਲਦਾ ਹਲੇ ਮੂਰੇ ਨਹੀਂ ਬੋਲਦਾ ਕੁੜੇ ਫੜੇ ਖੁੰਡਾ ਬਣ ਜਾਂ ਨਾ 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 ਰਹਿਣ ਦੋ ਹੁਣ ਚੁੱਪ ਕਰ ਇਹ ਜੰਮੀ ਆ ਇੰਨਾ ਨੇ ਉਹ ਦੇਖ ਲੈ ਹੈ ਆ ਉਹੀ ਬੱਗਰ ਨੇ ਵੇਟੀ ਵਾਲੀ ਕੰਮ ਕਰਤਾ ਯਾਰ ਇਹਦਾ ਜਮੇ ਸਵਾਲ ਸਿਰੇ ਲਾਤ ਚੱਲ ਦੋ ਚੱਲ ਦੋ ਬੱਸ ਬੱਸ ਬਹੁਤ ਬਣ ਗਈ ਹੁਣ ਥੋੜੀ ਜਿਹੀ ਬੰਦੇ ਨਾਲ ਬਹੁਤ ਬਹੁਤ ਹੈ ਚਾਚੀ ਦੇਖ ਲੈ ਹੈ ਹਾਂ ਤੂੰ ਇੰਤਜ਼ਾਰ ਖੜ ਜਾ ਤੂੰ ਮਰੀ ਜੜਾਲਾ ਤੂੰ ਮਾਰੇਗਾ ਮੁੰਡੇ ਨੂੰ ਹਾਂ ਤੇਰੇ ਖੱਖਾਂ ਪਾੜ ਦੂੰਗਾ ਕਿਵੇਂ ਜਿੰਬੜਾ ਇਹਨੂੰ ਆ ਜਾ ਤੂੰ ਆ ਜਾ ਹੁਣ ਫਿਰ ਜਾਵੇਂਗਾ ਆ ਜਾ ਪੁੱਤ ਆ ਜਾ ਆ ਜਾ ਆ ਜਾ ਆ ਜਾ ਹੈਗਾ ਦੇਖ ਰਹਿਗਾ ਉਹ ਖੜ ਜਾਗਾ ਤੂੰ ਚੱਲ 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 ਨੰਗ ਹਾਂ ਗਦਾ ਜਾਣਾ ਹੋਵੇ ਜੇ ਹੁਣ ਕਾਨੂੰ ਮਾਂ ਦੀ ਕੁਛੜ ਜਾਵੜਾ ਉਰਾਂ ਨੂੰ ਹੋਗਾ ਤੂੰ ਠੀਕੇ ਬਹਿ ਜਾ ਜਿਵੇਂ ਹੱਦ ਹੋਰੀ ਤੇਰੀ ਵਾਲੀ ਮੈਂ ਤਾਂ ਕਹਿੰਦਾ ਕੀ ਕਹਣਾ ਕੀ ਕਹਣਾ ਬਗਾ ਕੇ ਮਰੂੰ ਮਸਤੇਂ ਕੇ ਰਹੀ ਉਰਾਂ ਬਾਹਰ ਲੁਟੇ ਜਾ ਹਟ ਜਾ ਕਰ ਮੇਰੇ ਮੁੰਡੇ ਤੇ ਗੱਡੀ ਇਹਨੂੰ ਬਾਹਰ ਮੜਾ ਇਹਨੂੰ ਕੱਢ ਦੇ ਕਰ ਜਮੀ ਚੰਬੜਾ ਹੁਣ ਜਾ ਬੜਿਆ ਇੱਥੇ ਸੋਚੀ ਹਾਂ ਗੱਲਾਂ ਕੋਈ ਹਾਂ ਮੇਰਾ ਮੁੰਡਾ ਹਾਂ ਉਹਨਾਂ ਦਾ ਜਾਣੀ ਸੀ ਜਾਣਾ ਸੀ ਮੂਰੇ ਬੈਗ ਚਾ ਕੇ ਆਪ ਤੁਰ ਪਿਆ ਸੋਬਦੀ ਚੌਧਰੀ ਬਣ ਕੇ ਹਾਂ ਬਣਾ ਨਿਆਣੇ ਦਾ ਨਾਲੇ ਹੋਰ ਤੂੰ ਵਗ ਜਾ ਵਗ ਜਾਂ ਮੈਂ ਚੁੱਪ ਕਰਕੇ ਵਗ ਜਾ ਗਿਆ ਹੋਇਆ ਹੁਣ ਤੇਰੀ ਵੀ ਵਾਰੀ ਆ ਜੂ ਤੂੰ ਚੁੱਪ ਕਰਕੇ ਬਹਿ ਜਾ ਅਸੀਂ ਸਹੀ ਹਾਂ ਤੈਨੂੰ ਸੁਣਨੇ ਜਮਈ ਖੁੰਡਾ ਮੈਨੂੰ ਹਾਂ ਤੂੰ ਹੀ ਬੀਬੀ ਬਣੀ ਜਾਂਦਾ ਦਾ ਹਾਂ ਕੁੜੀਏ ਮੇਰੀ ਗੱਲ ਸੁਣ ਲੈ ਭਾਈ ਇੱਕ ਤੂੰ ਤੂੰ ਛੜਦੇ ਪੈਂਦਾ ਹੁਣ ਹੈ ਹੁਣ ਨੰਬਰ 13 ਵਾਲਾ ਫਿਰ ਕਹੇ ਕੀ ਨਹੀਂ ਬਸ ਲੈ ਹਾਂ ਬ ਲੈ ਨਾਲੇ ਹੋਰ ਲੈ ਜਮੀ ਮੇਰੇ ਨੇ ਬੇਬੇ ਤੇ ਪਰੇ ਨੂੰ ਮੈਂ ਤੋਕ ਕੋਰੂਰੇ ਨਾਲੇ ਬਾਪੂ ਜੀ ਆਪੇ ਹਰ ਜੂ ਦਾ ਪੰਕ ਕੇ ਬੈਠਾ ਰਹਿ ਖੜ ਜਾ ਖੜ ਜਾ ਜਾਣਦੇ ਹੁਣ ਦੱਖੂ ਦਾਣਾ ਦੇ ਦੂੰ ਤੈਨੂੰ ਮੈਂ ਗੱਲਾਂ ਮਾਰਦਾ ਵੱਡੀਆਂ ਵੱਡੀਆਂ ਹਾਂ ਜਮੀਂ ਸੇਰੇ ਲਾਤੀ ਗੱਲ ਮੇਰੇ ਗੱਲਾਂ ਕੋਈ ਹੈ ਕੁੜੀਆਂ ਬਾਜਾ ਕਰਨ ਨੂੰ ਚੁੱਪ ਕਰਕੇ ਜੇ ਚੰਗੀ ਚੋਣੀ ਆ ਚਲੀ ਵੀ ਹਾਂ ਅਸੀਂ ਦਵਾਰੇ ਦਵਾਰੇ ਨਹੀਂ ਤੈਨੂੰ ਕਹਿੰਦੇ ਹੈਗੇ ਬਾਗ ਜੂਗੀ ਤੇਰੇ ਤੇ ਹੀ ਰੜਕਦੀ ਐ ਚੱਲੀ ਗਾਹਾਂ ਕੰਮ ਕਰ ਹਾਂ ਇਹ ਦੇਖ ਫੂਸ ਸੁਸਨੀ ਜੀ ਕੀ ਸ਼ਰਮ ਲਾਹੀ ਐ ਹੈ ਸਿਆਣਾ ਵੇਣਾ ਹੋ ਕੇ ਤੂੰ ਜਵਾਕ ਦੇ ਮਾਰਦਾ ਤੈਨੂੰ ਜਮੀਂ ਸ਼ਰਮ ਲੈ ਗਈ ਤੇਰੀ ਬਾਪੂ ਉਹ ਬੇਬੇ ਆਉਣੀ ਘਰ ਤੇ ਆਪਣੀ ਸੂਸਨੀ ਜੀ ਉਹੀ ਕਾਲ ਮਾਰੀਆਂ ਨੇ ਮੇਰੇ ਉਹੀ ਕਰਾਉਂਦੀ ਸਾਰੇ ਕਾਰੀ ਤੈਨੂੰ ਪਤਾ ਤਾਂ ਹੈਗਾ लाਡਲੀ ਧੀ ਆ ਜੀ ਹਾਂ ਆਪਾਂ ਨੇ ਆਪਣੀ ਦਾ ਕਦਰ ਕਰਦਾ ਨਹੀਂ ਆਪਾਂ ਦੇ ਇਹਨੂੰ ਬੁਰੇ ਲੱਗਦੇ ਆ ਮੈਂ ਤੈਨੂੰ ਦੱਸਾਂ ਮੇਰੇ ਬਾਹਾਂ ਤੋੜਤੀਆਂ ਦੋਨੇ ਆ ਗਾਲਤ ਮੇਰੇ ਖੁੰਡਾ ਪਾਲਿਆ ਬਈ ਮਗਰ 6:00 ਵਜੇ ਮਾਂ 7:00 ਨਹੀਂ ਵਜਦੀ ਭਣਾ ਹੂੰ ਮੈਂ ਤਾਂ ਜਾਣ ਕੇ ਰੋਣਾ ਜੀ ਕਰਦਾ ਰੋਣ ਨੂੰ ਆ ਦੇਖ ਲੈ ਬੇਪੇ ਨੂਨ ਛਿੜਕਦੀ ਆ ਨੇ 6:00 ਵਜੇ ਕੋਈ ਨਹੀਂ ਪੁੱਤ ਕੋਈ ਨਹੀਂ ਤੈਨੂੰ ਪਤਾ ਇਹਦਾ ਸੁਭਾਅ ਦਾ ਉਹ ਤਾਂ ਮੈਂ ਹੂੰ ਪੁੱਛਿਆ ਵੀ 6:00 ਜਾਰੇ ਤਾਂ ਨਹੀਂ ਵਜਦੀ ਇਹੜੇ ਬਾਪੂ ਨੂੰ ਉਠੇ ਲੈ ਜਾ ਕੇ ਵੀ ਛੱਟ ਲੱਗੀ ਹੈ ਕਿ ਨਾ ਲੱਗੀ ਹੈ ਹੈ ਉਹ ਤੂੰ ਯਾਰ ਖੇ ਫਿਰ ਜਾਏਗਾ ਫਿਰਦਾ ਰਹਿੰਦੇ ਆਪਾਂ ਇੱਕ ਘੜਾ ਰੱਖੋ ਤੈਨੂੰ ਕਿਰਾਨਾ ਭੌਂਕੀ ਜਾਣਦੇ ਆਪੇ ਹੜ ਜੂ ਬਾਪੂ ਜੀ ਆ ਦੇਖਿਆ ਸੀ ਕਿਵੇਂ ਮੂਰੇ ਬੋਲਦਾ ਦੀ ਹੱਥਾ ਜੋ ਨਿਕਲ ਗਿਆ ਹੈ ਆਪਣੇ ਉਹ ਕਾਂ ਨੂੰ ਪੁੱਤ ਇਹਨੂੰ ਵੇਲੇ ਫਿਰਨ ਦਾ ਧਵਾ ਪੈ ਗਿਆ ਮੈਂ ਤੈਨੂੰ ਦੱਸਾਂਗਾ ਇਹਨੂੰ ਲੋਟ ਮੈਂ ਕਰੂੰਗਾ ਐ ਨਹੀਂ ਲੋਟ ਆਉਂਦਾ ਹੈਗਾ ਇਹ ਗੱਲਾਂ ਕੋਈ ਹੈ ਭਲੇ ਮਾਨ ਸਾਹਿਬ ਤੁਸੀਂ ਤਾਂ ਬਾਲਾ ਬੀਬੀ ਵਧਾ ਕੇ ਖੜ ਜਣੇ ਜੀ ਬਰੋਬਰ ਦਾ ਜਵਾਬ ਹੈ ਹੋਰ ਹੈ 10 ਕੁਟ ਦੇ ਸੋਨੇ ਲੱਗਦੇ ਉਹਨੂੰ ਆਪਾਂ ਉਹ ਭਾਈ ਰੂਪ ਸਿਆਂ ਬੀਪੀ ਵਾਲੀ ਗੱਲ ਨਹੀਂ ਹਾਂ ਇਹਨੂੰ ਪੁੱਛਣਾ ਹੋਵੇ ਤੂੰ ਸੌਰਿਆਂ ਨਾਲ ਕੀ ਕਰਨ ਜਾਣਾ ਉਹ ਤਾਂ ਹੁਣ ਚੱਲ ਜੇ ਤੇਰੀ ਸੱਸ ਸਾ ਜਵਾਖ ਨਹੀਂ ਜਾਣਗੇ ਹਾਂ ਤੂੰ ਤਾਂ ਕਿ ਖਾਣ ਜਾਣਾ ਸੋਤੀ ਲਾ ਕੇ ਬੈਗ ਚਾਕੇ ਮੂਰੇ ਤੁਰ ਪਿਆ ਉਹਨਾਂ ਦੇ ਚਲੋ ਜੀ ਆਓ ਚੱਲੀ ਆਓ ਚੱਲੀਏ ਹੁਣ ਇੰਨੀ ਸਿਆਣ ਫਦਾ ਨਿਆਣੀ ਉਮਰ ਚ ਆਉਂਦੀ ਨਹੀਂ ਹਾਂ ਜੇ ਇੰਨੀ ਆਉਂਦੀ ਹੁੰਦੀ ਕਾਹਨੂੰ ਜਾਂਦਾ ਉਹ ਉਹ ਕਾਹਨੂੰ ਖਾਣ ਕੁੱਤਾ ਏ ਵੀ ਮੈਂ 4 ਦਿਨ ਖਾਪੀ ਕਿਉ ਉਥੇ ਭਾਬੀ ਨਾਲੇ ਤਾਂ ਬੇਚਰਾ ਆਪਦੀ ਪਾਣੀ ਲਈ ਆਈ ਬਿਉਰੇ ਮੈਨੂੰ ਉਹ ਰਹਿੰਦੀ ਆ ਕੁੱਤਾ ਉੱਥੇ ਮੈਂ ਖਾ ਪੀ ਕਿਉਗਾ ਸੋਰੀ ਜਾ ਕੇ ਖਾਣ ਕੁੱਤਾ ਹੈ ਖਾਣ ਕੁੱਤਾ ਨਹੀਂ ਹੈਗਾ ਸਾਰਾ ਮੀ ਆ ਬਾਪੂ ਜੀ ਸਾਰਾ ਮੀ ਦਾ ਗੜਾ ਜੀ ਹੁਣ ਬਰੋਬਰ ਦਾ ਧੀ ਪੁੱਤਾ ਹੱਥ ਚੱਕਦੇ ਮਾਰੇ ਲੱਗਦੇ ਆ ਜੀ ਉਹ ਪਈਏ ਅੱਖ ਕੇ ਚੱਕਦੇ ਆ ਮੇਰਾ ਕਿਹੜਾ ਜੀ ਕਰਦਾ ਮਾਰ ਨੂੰ ਅਬਦੀ ਦਾੜੀ ਦੀ ਸ਼ਰਮ ਆਉਂਦੀ ਆ ਅਜਿਹਾ ਕਰਦਾ ਕੀ ਗਿਆ ਬਦਨਾਮੀ ਦਾ ਬਣੀ ਲੋਕ ਕੀ ਕਹਿਣਗੇ ਕੀ ਕਹਿਣਗੇ ਲੋਕ ਕਹਿਣਗੇ ਬਰੋਬਰ ਦੇ ਹੱਥ ਚੱਕਦੇ ਜਿਵਾਗ ਨੂੰ ਕੁੱਟਣ ਲੱਗ ਰਿਹਾ ਸਿਆਣਾ ਵੈਣਾ ਸਿਆਣਾ ਵੈਣਾ ਹੋਊ ਬਾਪੂ ਜੀ ਨੋ ਪੁੱਤਣਾ ਹੋ ਰਿਹਾ ਗੱਲ ਕੀ ਹੋ ਗਈ ਕੀ ਗੱਲ ਤੇ ਤੁਸੀਂ ਬੈਸੀ ਜਾਨੇ ਹੋ ਤੇ ਗੱਲ ਕੀ ਆ ਆਪਣਾ ਚੌਰਾ ਦੇਖਲਾ ਉਧਰੋਂ ਤੁਰਿਆ ਆਉਂਦੀ ਪਹੇ ਪਹੇ ਜਾਂ ਡੱਕਿਆ ਹੈ दारू ਨਾਲ ਕੌਣ ਉਹ ਮੱਗਰ ਹੋਰ ਕੌਣ ਹੈ ਹਾਂ ਇਹ ਆ ਗਏ ਫਿਰ ਮੰਮੀ ਉਹਨੇ ਕਿੱਥੇ ਨੇ ਜੇ ਇੱਥੇ ਸੀ ਖਾਬਰਾ ਮੰਮੀ ਹੋਰੀ ਕਿੱਥੇ ਨੇ ਉੱਥੇ ਧੱਕੇ ਖਾਂਦੀਆਂ ਫਿਰਦੀ ਹੋਣਗੀਆਂ ਮੰਮੀ ਹੋਰੀ ਵੀ ਮੰਮੀ ਹੋ ਗਈ ਘਟਨੇ ਹਾਂ ਉਹਨੇ ਤਾਂ ਸਾਰੇ ਪਵਾੜੇ ਪਾਏ ਨੇ ਮੰਮੀਆਂ ਨੇ ਹੋਰ ਨਾਲਿਆ ਮਾਸੜ ਕੋਈ ਜਾਂਦਾ ਵੀ ਉਹੀ ਬਰਾਬਰ ਦੇ ਮਾਰਦੇ ਨਹੀਂ ਹੁੰਦੇ ਮਾਸੜ ਤੇਰਾ ਮੁੰਡਾ ਤੇਰੇ ਹੱਥ 'ਚ ਨਹੀਂ ਹੈਗਾ ਸਾਡਾ ਵੀ ਕੱਢਣਾ ਤੁਸੀਂ ਹੋਰ ਚੱਲ ਕੋਈ ਨਹੀਂ ਉਹ ਵੀ ਸਮਝ ਜੂ ਇਹ ਵੀ ਸਮਝ ਜੂ ਆਪੇ ਹੌਲੀ ਹੌਲੀ ਰਾਹ ਖੁੱਲ ਜਾਂਦਾ ਕੁੱਤੇ ਨਾਲ ਜਾਦੇ ਵਧੀਆ ਹੂ ਨੰਦਰਾ ਕਿਹੜੇ ਰਾਹ ਅੱਜ ਕੁੱਟ ਲੂਗੇ ਕੱਲ ਨੂੰ ਹੋਰ ਕੁੱਟ ਲੂ ਪੱਕਾ ਢੀਠ ਬਣ ਜੂਗਾ ਇਹ ਨਾ ਨਾ ਮਾਸੜ ਜੀ ਸਾਡੇ ਘਰੇ ਨਹੀਂ ਹੈ ਜੇ ਕੋ ਚੱਲਦਾ ਨਾਲੇ ਤਾਂ ਇਹਨੇ ਪੁੱਠੀਆਂ ਜੱਪਲਾਂ ਕੱਢ ਲਈਆਂ ਨਾਲੇ ਕੁੱਟ ਲਿਆ ਇਹ ਪੈਰਾ ਜੋ ਨੰਗਾ ਇਹ ਮਣਾ ਮੋਟਾ ਕਾ ਨਾ ਹੁਣ ਇਹਦੇ 10-20 ਦਿਨ ਲੰਘ ਜਾਣਗੇ ਇਹ ਮਹੀਨੇ 20 ਦਿਨਾਂ ਬਾਅਦ ਕਨਾਂ ਪਾਲਦੇ ਨਾ ਕਰ ਕਰ। ਨਾ ਫਿਰ ਪੱਕਾ ਠੀਠ ਹੋ ਜੂ। ਠੀਠ ਠੀਠ ਹੋਵੇ ਨਾ ਹੋਵੇ। ਹੁਣ ਇਹ ਲੱਗ ਜਾਣਗੇ 10-20 ਦਿਨ। ਹੁਣ ਇਹ ਕੰਮ ਤਾਂ ਦਾ ਕਰ ਲੂਗਾ ਖੇਤ 'ਚ ਟੇਕੇ ਮੈਂ ਤੁਸੇ। ਚਲ ਕੰਮ ਤਾਂ ਬੜਿਆ ਬਲੋ ਕੇ ਵਧੀਆ ਜਵੱਗ ਦੋ ਲੈ। ਸਾਰੇ ਕੰਮ ਸਿਰ ਚੜੇ ਪਏ ਨੇ ਬਹੁਤ ਖਰਚਣ ਲਿਆ ਹੋਰ ਬੱਟਾਂ ਡਾਉਣਾ ਖੁਰਚਰੀਆਂ ਪਈਆਂ ਨੇ। ਆਜੇ ਕਰ ਦੂਗਾ ਫਿਰ ਜਿਆਦੇ ਵੜਦੇ ਆ ਕਮਾਂਡੀ ਸਿਰ ਚੜਨਗੇ। ਕਾਹ ਨੂੰ ਇੱਥੇ ਤਾਂ ਕੁਝ ਵੀ ਨਹੀਂ ਹੁੰਦਾ ਹੈਗਾ ਇੱਥੋਂ ਤਾਂ ਨਖਾਣੇ ਤੋਂ। ਕੁਝ ਹੁੰਦਾ। ਵੱਡੀਆਂ ਨਹੀਂ ਜਾਂਦੀਆਂ ਤੋਂ। ਬਸ ਵੇ ਆ ਜਾ ਵੀਰੋ ਕਿਹੜਾ ਟਾਈਮ ਹੋ ਗਿਆ ਐਨੇ ਕੋਈ ਹੋਰ ਆਜੂ ਮਨ ਕਰਾਇੀ ਨਹੀਂ ਪਤਾ ਮਗਰੇ ਹੀ ਆਜੂਰਾ ਪਤਾ ਨਹੀਂ ਕੀ ਤਾਂ ਕਰਨ ਲੱਗ ਗਿਆ ਕੀ ਨਾ ਵੇ ਮੰਗੇ ਹਾਂ ਬੀਬੀ ਆ ਜਾ ਚੱਲੀਏ ਹੋਣਾ ਉਹ ਤਾਂ ਅੰਤਰੇ ਆ ਜਿੰਦਾ ਲਾਦਾ ਮੈਂ ਵੇ ਜਿੰਦੇ ਤੇ ਮਾਰ ਗੋਲੀ ਜਿੰਦੇ ਤਾਂ ਆਪਾਂ ਨੇ ਕੀ ਲੈਣਾਗਾ ਆ ਜਾ ਪਤਾ ਨਹੀਂ ਕਿੱਥੇ ਰੱਖ ਤਾ ਲਾ ਦੂੰਗਾ ਮੈਂ ਵੇ ਇੱਥੋਂ ਕਿਹੜਾ ਕੋਈ ਮੋਹਰਾ ਚੱਕਦਾਗਾ ਆਪੀ ਮਗਰੇ ਇੱਥੇ ਫਰਦਾਨਾ ਧੱਕੇ ਖਾ ਕੇ ਆਪੀ ਆਜੂਗਾ ਲੈ ਆ ਚ ਵੇ ਇੱਧਰ ਨਹੀਂ ਇੱਧਰ ਵੀ ਆ ਜਾ ਆ ਨਹੀਂ ਚੱਲੀ ਏ ਬਈ ਆਏ ਖੇਤਾ ਵਿੱਚ ਟੱਪ ਜਾਗੇ ਉਹ ਪਾਹੇ ਨਿਕਲ ਜਾਗੇ ਜਾ ਕੇ ਆ ਖੇੜੀਆਂ ਪਾਹੇ ਹਾਂ ਇਧਰ ਦਾ ਤੈਨੂੰ ਪਤਾ ਕਿ ਜੇ ਮੱਗਰ ਰਾਤ ਚ ਮਿਲ ਗਿਆ ਨਾ ਹੋਰ ਸੇ ਆਪਾਂ ਸੜ ਜੂਗਾ ਮਨ ਕਰੇ ਮਗਰੇ ਲੱਗ ਲਿਆ ਆਪਣੀ ਜੇ ਮਿਲ ਜੂਗਾ ਤਾਂ ਬੋਤਲ ਲੈ ਲੂ ਮੈਂ ਹੱਥ ਸਾਰਾ ਨਾ ਬੋਤਲ ਪੀਣ ਦੀ ਅੱਕ ਲੱਗੀ ਰਹਿੰਦੀ ਏ ਤੇਰੇ ਤਾਂ ਹੋਰ ਤਾਂ ਕੋਈ ਕੰਮ ਨਹੀਂ ਹੈ ਗਿਆ ਉਹ ਮੈਂ ਇਧਰ ਨਹੀਂ ਰਹਿ ਚ ਦੇਖਿਆਂ ਦਾ ਖਬਰ ਇੱਥੇ ਰੱਖ ਰખી ਹੋਵੇ ਮੇਰੀ ਮਗੇ ਉੱਠਾ ਮੁੜ ਕੇ ਨਾ ਦੇਖੀ ਟੱਪ ਲਾ ਕੇ ਰਸੇਤੀ ਠੀਕ ਆ ਟੱਪਾ ਟਾਪ ਹੋ ਜਾ ਕੇ ਰਾ ਚੱਲ ਕੇ ਰਲਾ ਲਾ ਲਾ ਆਹ ਹੁਣਾ ਜਾ ਕੇ ਪੁੱਠਾ ਮੁੜ ਕੇ ਨਹੀਂ ਜਾ ਕੇ ਤਾਂ ਹੋਏ ਹੁੰਦਾ ਤਾਂ ਮਤਾਂ ਹੀ ਕਹਨੀ ਆ ਕੀ ਕਹਨੀ ਆ ਦੱਸ ਵੀ ਮਾਖਾ ਲੋਹਾ ਘਰ ਮੈਂ ਹੁਣ ਸੱਟ ਮਾਰ ਹਾਂ ਗੱਲ ਤਾਂ ਤੇਰੀ ਠੀਕ ਹੈ ਮੈਨੂੰ ਐ ਦੱਸ ਕਰਾਂ ਕੀ ਫਿਰ ਮੈਂ ਕਰਨਾ ਕੀ ਏ ਹੁਣ ਮੰਗਣਾ ਥੋੜੀ ਕੁੱਤੇ ਖਾਣੀ ਹੋਈ ਏ ਹਾਂ ਬਥੇਰੀ ਬਣੀ ਤੂੰ ਤਨੀ ਛੱਡਿਆ ਹਾਂ ਇਹ ਮੌਕਾ ਹੈ ਉਹਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਨ ਦਾ ਹਾਂ ਹਾਂ ਗੱਲ ਤਾਂ ਤੇਰੀ ਸਹੀ ਏ ਹਾਂ ਠੀਕ ਹੈ ਸਾਰੇ ਪੱਤੇ ਹੌਲੀ-ਹੌਲੀ ਨਾ ਆਪਣੇ ਘਣੀ ਆ ਜਾਣਗੇ ਤੂੰ ਚੁੱਪ ਕਰ ਫੇਰ ਨਾ ਕਰ ਹਾਂ ਉਹ ਜਾ ਸਟਾਰ ਬੇ ਮਗਰਾ ਹਾਂ ਬੇਬੇ ਪੁੱਤ ਤੇਰੇ ਖਾਸੀ ਸੱਟ ਮਾਰੀ ਤੇਰੇ ਬਾਪ ਨੇ ਕੰਜਰ ਨਹੀਂ ਉਹ ਬੇਬੇ ਪੁੱਛ ਨਾ ਜੁੱਤੀਆਂ ਤਾਂ ਮੇਰੇ ਘਰੇ ਮਾਰੀਆਂ ਨੇ ਬਾਹਰ ਤਾਂ ਮੇਰੇ ਖੁੰਡੇ ਲਾ ਕੇ ਲਿਆਇਆ ਉੱਥੋਂ ਸਿਰੇ ਲੈ ਵੋ ਮੈਂ ਮੱਚ ਜਾ ਲੈ ਦੱਸ ਇਹ ਜਵਾਕ ਨੇ ਜਿਹੜਾ ਕੀ ਵਗੜਿਆ ਤੀ ਪੁੱਤ ਤੈਨੂੰ ਪਤਾ ਹੀ ਹੈਗਾ ਹੈ ਇਹਦਾ ਕਲਸ਼ਨਾ ਐਡਾ ਹੈ ਜੇ ਮਗਰ ਪਈ ਜਨਾ ਗੱਲ ਦਾ ਪੈਂਡਾ ਨਹੀਂ ਛੜਦਾ ਤਾਂ ਇਹ ਹਜੇ ਨੂੰ ਕੀ ਕਹਤਾ ਬੇਬੇ ਮੈਂ ਕੀ ਕਹਿਣਾ ਤੀ ਮੈਂ ਤਾਂ ਖੇਤੋਂ ਆ ਰਿਆ ਤੀ ਮੂਰੇ ਮੈਨੂੰ ਬਾਪੂਰੀ ਟੱਕਰ ਗਏ ਮੈਂ ਕਿਹਾ ਬਾਪੂ ਘਰੇ ਚੱਲੇਗਾ ਕਹਿੰਦਾ ਹਾਂ ਘਰੇ ਚੱਲੂਗਾ ਮੇਰ ਤਾਂ ਗੱਲ ਨਹੀਂ ਸੁਣੀ ਮੈਂ ਤਾਂ ਕੁੱਟਣ ਬਹਿ ਗਿਆ ਉਥੋਂ ਲੈ ਕੇ ਘਰ ਤੱਕ ਮੈਂ ਤਾਂ ਖੁੰਡਿਆਂ ਨਾਲ ਕੁੱਟਦਾ ਲਿਆ ਮੇਰ ਤਾਂ ਗਾਲ ਤੇ ਖੁੰਡਾ ਪਾ ਲਿਆ ਤੇ ਆਦੇ ਗਲਾ ਲਾਲ ਕਰੀ ਪਿਆ ਕਰਨ ਸਾਰੀ ਹੱਥੋਂ ਵੇਹ ਤਾਂ ਆਈਆਂ ਪੜਮੇਲੀ ਦੇ ਜਾਣਾ ਸਾਰਾ ਦਿਨ ਅੰਦਰ ਗੇੜੇ ਦਿੰਦਾ ਫਿਰ ਜਾਊਗਾ ਕੀੜਿਆਂ ਵਾਲੇ ਕੁੱਤੇ ਵਾਂਗੂ ਉਹਨਾਂ ਨੂੰ ਤਾਂ ਕੁਝ ਕਹਿੰਦਾ ਨਹੀਂ ਤੇਰੇ ਮੇਰੇ ਸਿੱਕੇ ਚੜ ਜਾਂਦਾ ਨਾਲੇ ਮੈਂ ਤੈਨੂੰ ਦੱਸਾਂ ਇਹ ਆਪ ਨਹੀਂ ਬੋਲਦਾ ਇਹਦੇ ਚ ਕੋਈ ਬੋਲਦੀ ਐ ਹਾਂ ਫਿਰ ਕਹਿੰਦੇ ਨੇ ਮੇਰੀ ਮਾਂ ਮਾੜੀ ਐ ਬੇਬੇ ਮੈਨੂੰ ਸਾਰਾ ਪਤਾ ਇਹ ਚ ਕੌਣ ਬੋਲਦਾ ਇਹ ਚ ਆਹੀ ਆਪਣੀ ਕੁੜੀ ਜੀ ਆਪਣੀ ਸੂਸਨੀ ਜੀ ਉਸੇ ਨੇ ਘਟਾਇਆ ਕਹਿੰਦੀ ਬਾਪੂ ਸੱਟ ਲੈ ਨੂੰ ਮਾਰ ਦੇ ਨਾਲੇ ਮੇਰੇ ਆਪ ਮੁੱਕੀਆਂ ਮਾਰੀਆਂ ਨੇ ਉਹਨੇ ਹਾਂ ਬੇ ਉਹ ਕਾ ਨੂੰ ਮੈਂ ਕਲਸ਼ਨ ਆ ਉਹ ਐ ਕਲੈਣੀ ਉਹ ਤੇਰੀ ਤੀਮੀ ਉਹ ਕਰਦੀ ਸਾਰ ਦਿਨ ਇਹ ਜੇ ਪੁੱਠੇ ਸਿੱਧੇ ਕੰਮ ਉਂਗਲਾ ਲਾਉਂਦੀ ਤੇਰੇ ਬਾਪੂ ਨੂੰ ਵੀ ਹਾਂ ਇੱਕ ਜੇ ਰਲ ਕੇ ਨਾ ਬਹਿ ਜਾਣ ਦੋ ਜੀ ਰਲ ਕੇ ਨਾ ਬਹਿ ਜਾਣ ਦੋ ਜੀ ਤੈਨੂੰ ਪਤਾ ਰਹੇਗਾ ਇਹਦਾ ਮਗਰਾ ਤੂੰ ਮੰਨ ਲੈ ਮੇਰੀ ਗੱਲ ਹਜੇ ਵੀ ਆਪਣਾ ਘਰ ਬਸ ਜਾਊਗਾ ਇਹਦਾ ਸਾਲਵੇਟ ਦੇ ਇਹਨੂੰ ਕੱਢ ਘਰੋਂ ਪਰ ਸਿਆਪਾ ਮਗਾ ਜਾਣ ਨੂੰ ਸਾਰੇ ਕਾ ਜੀ ਇਹ ਮੁੱਕ ਜਾਣਗੇ ਨਾਲੇ ਮੁੱਕ ਜੂ ਘਰ ਚੋਂ ਕਲੇਸ਼ ਆ ਨਹੀਂ ਬੇਬੇ ਤੂੰ ਤਾਂ ਬੌਲੀ ਹੋ ਰਹੀਆਂ ਬੌਲੀ ਨਹੀਂ ਹੋ ਰਹੀ ਤੇਰੀ ਉਹ ਨਾ ਬਣਦੀ ਨਹੀਂ ਉਈ ਉਹਦੇ ਦੁਸ਼ਣ ਧੜੀ ਜਾਂਦੀਆਂ ਤੂੰ ਬਿਨਾਂ ਗੱਲ ਤੋਂ ਉਹਨੇ ਤਾਂ ਮੈਨੂੰ ਉਈ ਨਹੀਂ ਕਦੇ ਕੁਝ ਕਿਹਾ ਉਹ ਤਾਂ ਜਿੱਦੇ ਮੈਨੂੰ ਪਹਿਲਾਂ ਬਾਪੂ ਨੇ ਕੋਟਿਆ ਤੀ ਸਾਹਮਕਾ ਨਹੀਂ ਮੇਰੀਆਂ ਬਾਹਾਂ ਦੇ ਤੇ ਤੇਲ ਮਲਿਆ ਹਾਂ ਇਹ ਤੈਨੂੰ ਮਾੜਾ ਬੋਲਣਾ ਕਰੀਆ ਜਿਹੜੀ ਮਾੜੀ ਉਹਨੂੰ ਤੂੰ ਕਹਿੰਦੀ ਨਹੀਂ ਉਹ ਆਪਣੀ ਕੁੜੀਆਂ ਸਾਰੀ ਉਹ ਫਿੱਟੜੀਆਂ ਦਾ ਫੇਟ ਆ ਉਹ ਘਟਾਉਂਦੀ ਮੈਨੂੰ ਹਰ ਵਾਰ ਨਾਲੇ ਮੁੱਕਿਆ ਆਪ ਮਾਰਦੀ ਆ ਮੇਰੇ ਲੈ ਦੇਖ ਲੈ ਤਾਂ ਹੀ ਤਾਂ ਤੈਨੂੰ ਉਹਦਾ ਭੇਤ ਨਹੀਂ ਆਇਆ ਸਾਰੀ ਉਮਰ ਬੇ ਉਹ ਤਾਂ ਚੱਕਰੀ ਵਾਂਗੂ ਬੰਦਾ ਦੇਖ ਕੇ ਘੁੰਮ ਜਾਂਦੀ ਐ ਤੈਨੂੰ ਤੇਰੀ ਟੀਮ ਦਾ ਭੇਤ ਨਹੀਂ ਮੈਨੂੰ ਸਾਰਾ ਪਤਾ ਵੀ ਉਹ ਕਹੀ ਜੀ ਐ ਗਰਾ ਵੇਲੇ ਨੂੰ ਪਸਤਾਵੇਂਗਾ ਨਹੀਂ ਮਦਾ ਪਸਤਾਉਂ ਹੀ ਠੀਕ ਬਸ ਚਾਚੀ ਉਰਿਆ ਮੜ ਜਾ ਐ ਖੜਿਓ ਨਿੱਕੀ ਆਉਂਗੀ ਪ੍ਰੀਤਾ ਦੇਖ ਤੂੰ ਕੋਲੇ ਬੈਠੀ ਆ ਹੁਣ ਮੈਂ ਇਹੀ ਕਿਹਾ ਇਹਨੂੰ ਵੀ ਜੇ ਕਰੇਸ ਮਕਾਉਣਾ ਘਰ ਚੋਂ ਸਾਰੇ ਸਿਆਪੇ ਮੁੱਕ ਜਾਣਗੇ ਉਹਦਾ ਰਸਾਲਵੇਟ ਦੇ ਪਰ ਮਨਦਾ ਹੀ ਨਹੀਂ ਕੰਜਰ ਬੇਬੇ ਕਿਵੇਂ ਮਾਲਾ ਤੂੰ ਪਾੜਦੀ ਆ ਪੁੱਠੀਆਂ ਬਣਾਉਣ ਲੱਗ ਰੇ ਮੈਨੂੰ ਬਿਨਾਂ ਗੱਲ ਤੋਂ ਕੋਈ ਨਾ ਕੋਈ ਨਾ ਤੂੰ ਖੜੀ ਹੋ ਗੱਲ ਸੁਣ ਮੇਰੀ ਉਰਿਆ ਜਮੀਂ ਕਮਾਲ ਕਰ ਦੇ ਬੇਬੇ ਦੇਖ ਲਾ ਉਹਨੂੰ ਗੋਂ ਵਰਗੀ ਨੂੰ ਮਾੜਾ ਕਹਿਣ ਲੱਗ ਰਿਹਾ ਤੂੰ ਜਿਹੜੀ ਮਾੜੀ ਉਹਨੂੰ ਕਹਿੰਦੀ ਸੀਗੀ ਉਹਦਾ ਰਸਾ ਲਵੇਟ ਉਹਦਾ ਵਿਆਹ ਕਰਕੇ ਤੋਰ ਪਹਿਲਾਂ ਉਹਨੂੰ ਲੱਗੇ ਉਹਨੂੰ ਭਜਾ ਦੇ ਕਿਉਂ ਭਜਾਉ ਉਹਨੂੰ ਮੈਂ ਪੁਰਿਆ ਹੁਣ ਤੂੰ ਮੈਨੂੰ ਕਿੱਥੇ ਰਿਆਵੇਂਗੀ ਹੋਰ ਕੀ ਰਹੇਗਾ ਕੰਮ ਹਲੇ ਕਰਨ ਕਰਨੋ ਕਿਤੇ ਨਹੀਂ ਲੈ ਜਾਂਦੀ ਮੈਂ ਤਾਂ ਤੈਨੂੰ ਐਂ ਕਹਿੰਦੀ ਆ ਹਾਂ ਆਏ ਨਾ ਤੂੰ ਪੜਕ ਹੋਰ ਕੀ ਕਰਾਂ ਮੈਂ ਮੇਰੀ ਜਾਨ ਔਖੀ ਐ ਜਾਨ ਤਾਂ ਤੇਰੀ ਔਖੀ ਐ ਮੈਨੂੰ ਵੀ ਪਤਾ ਹੈ ਤੇਰੇ ਨਾਲ ਮੈਂ ਵੀ ਬਹੁਤ ਔਖੀ ਆ ਤੂੰ ਉਹਨਾਂ ਨੂੰ ਪਿਆਰ ਨਾਲ ਸਮਾਈ ਨਾਲ ਗੱਲ ਸਮਝਾ ਮੈਨੂੰ ਪਤਾ ਹੈ ਵੀ ਮਗਰ ਹੁਣ ਆਪਣੇ ਵੱਲ ਤਾਂ ਜਰੂਰ ਹੋ ਜਾਊਗਾ ਇਹ ਨਹੀਂ ਹੁਣ ਬਦਲਦਾ ਹੌਲੀ ਹੌਲੀ ਪਿਆਰ ਨਾਲ ਨੀ ਪ੍ਰੀਤਾ ਇਹਨਾਂ ਦਾ ਟੋਲਾ ਪਿਆਰ ਨਾਲ ਸਮਝਣ ਵਾਲਾ ਹਾਏ ਨਹੀਂ ਬਘੇੜਾ ਪਿਆਰ ਨਾਲ ਮੈਂ ਸਮਝਾ ਸਮਝਾ ਦੇਖ ਲੈ ਪਹਿਲਾਂ ਮੈਨੂੰ ਆ ਦੱਸ ਉਹ ਤੇਰਾ ਤਾਇਆ ਮੰਨ ਗਿਆ ਤੈ ਤਾਈ ਚਾਚੇ ਤੂੰ ਕੀ ਲੈਣਾ ਮਗਰ ਦਾ ਮੈਨੂੰ ਪਤਾ ਹੈ ਜੇ ਤੂੰ ਵੀ ਆਪਦੇ ਹਿਸਾਬ ਵਿਚ ਇਹਨੂੰ ਆਪਦੇ ਕਨੀ ਕਰੇਗੀ ਤਾਂ ਹੋਊਗਾ ਜੇ ਐਂ ਪਟਕੀਗੀ ਫੇਰ ਆਪਣਾ ਕੰਮ ਜਿਹੜਾ ਬਣਿਆ ਹੋਇਆ ਹੈ ਨਾ ਉਹ ਵੀ ਵਿਗੜ ਜਾਊਗਾ ਵੀ ਇਹਦਾ ਮਤਵਲ ਮੰਨ ਜਾਊਗਾ ਮੰਨ ਚੂਗਾ ਮੰਨ ਚੂਗਾ ਜੇ ਤੋ ਐਨੀ ਗੱਲ ਮੰਨ ਲਈ ਇਹਨੇ ਹੌਲੀ ਹੌਲੀ ਮੰਨੂਗਾ ਕੋਈ ਨਾ ਹਲੇ ਕੁੱਟ ਪਈ ਹੋਈ ਐ ਗੁੱਸੇ 'ਚ ਬੰਦਾ ਬੋਲ ਜਾਂਦਾ ਨਾਲ ਇੱਕ ਗੱਲ ਹੋਰ ਸੁਣ ਮੈਂ ਹੁਣ ਜਾਂਦੀ ਆ ਘਰੇ ਹੂੰ ਮੇਰੇ ਚਾਚੇ ਨੇ ਮੈਨੂੰ ਕਹਤਾ ਵੀ ਕੁੜੀਏ ਤੂੰ ਵਗ ਜਾ ਨੀ ਤੇਰੀ ਵੀ ਲਾਪਾ ਕਰਾਂਗੇ ਜੇ ਮੈਨੂੰ ਉਹਨੇ ਪੰਜ ਤਿੰਨ ਬੋਲਤਾ ਫਿਰ ਇੱਥੇ ਲੜਾਈ ਨੂੰ ਘਰ ਹੋ ਜੂਗਾ ਔਰ ਬੰਦਿਆ ਨੇ ਡਾਂਗਾ ਖੜਕ ਜਾਣਗੇ ਮੈਂ ਤਾਂ ਮੇਰੀ ਗੱਲ ਸੁਣ ਲੈ ਪ੍ਰੀਤ ਹੈ ਮੇਰੀ ਜਾਨ ਤੇ ਤੇਰੀ ਜਾਨ ਇੱਕ ਜਾਨ ਹੈ ਹੈ ਕੁਰਬਾਨੀ ਕਰ ਦੂੰ ਪਰ ਤੈਨੂੰ ਮਾਰ ਨਹੀਂ ਦਿੰਦੀ ਤੂੰ ਬੇਸੋਚ ਰਹਿ ਤੇਰੇ ਹੱਥ ਲਾ ਕੇ ਦਿਖਾਵੇ ਮੇਰੇ ਜਿਉਂਦੀ ਜਿਉਂਦੀ ਆਏ ਤਾਂ ਹੱਥ ਕੀ ਮਿਲਾ ਜਾਣਗੇ ਆਪਾਂ ਦੋਨੇ ਨਾ ਇੱਕ ਜਿੰਦ ਇੱਕ ਜਾਨਾਂਗੇ ਠੀਕ ਹੈ ਪਰ ਫਿਰ ਵੀ ਆਪਦਾ ਪੱਲਾ ਬਚਾਈ ਠੀਕ ਹੁੰਦਾ ਕਾਦੇ ਵਾਸਤੇ ਮੱਚਦੀ ਅੱਗ ਚ ਹੱਥ ਪਾਵਾਂਗੇ ਹੱਥ ਆਪਦੀ ਮੱਚੂਗਾ ਕੋਈ ਨਹੀਂ ਤੂੰ ਟੱਲ ਜਾ ਹਾਂ ਮੈਂ ਟੱਲਦੀ ਆਂ ਮੈਂ ਨਾਲੇ ਕਰੀ ਮੜਮਟਾ ਕੰਮ ਕਰਿਆ ਹਣਾ ਫੇਰ ਮਾਉਨੀਆ ਐਨੇ ਤੂੰ ਮੱਗਰ ਨੂੰ ਸਾਮ ਮੈਂ ਦੁੱਧ ਦਿੰਨੀਆ ਮੱਗਰ ਨੂੰ ਹਾਦੀ ਆ ਉਹ ਪੀ ਲੂਗਾ ਕੁਟਿਓ ਦਾ ਚਮਚਾ ਪਾਦੀ ਦੇਸੀ ਦਾ ਹਾਂ ਤੀਮੀ ਨੂੰ ਤਾਂ ਭੋਰਾ ਸੋਚ ਨਹੀਂ ਉਹਦੀ ਨਾ ਤੀਮੀ ਉਹਦੇ ਉਹ ਗੱਲਾਂ ਕੇ ਪੁੱਛੇ ਨਾ ਸੁਣੇ ਤਾਂ ਤੀਮੀ ਤੋਂ ਖੱਕੜੀਆਂ ਲੈਣੀਆਂ ਨੇ ਤੂੰ ਆਪਣੇ ਪੁੱਤ ਨੂੰ ਆਪਣੇ ਕੰਨੀ ਕਰ ਤੀਮੀਆਂ ਦਾ ਕੀ ਐ ਦੇਖ ਲਾ ਓਏ ਕਿਵੇਂ ਮੂੰਹ ਜੋੜ-ਜੋੜ ਗੱਲਾਂ ਲੱਗ ਰਹੀਆਂ ਨੇ ਕਰਨਾ ਨਾ ਸੁਰੂ ਸ਼ਰਮ ਨਹੀਂ ਆਉਂਦੀ ਹੈਗੀ ਵੀ ਹੁਣ ਤਾਂ ਬਥੇਰਾ ਖੁਸ਼ ਹੋ ਗਿਆ ਦੇਖ ਲਾ ਨੀ ਕੁੜੀਏ ਦੇਖ ਲਾ ਨਾ ਸੀ ਕੀ ਦੇਖੇ ਬਾਪੂ ਜੀ ਤੁਸੀਂ ਕਿਉਂ ਮੂੰਹ ਲਾਗਦੇ ਹੋ ਸੁੰਡਲਾਂ ਦੇ ਤੁਹਾਨੂੰ ਪਤਾ ਉਹ ਕਹਿਰ ਜੀਆਂ ਨੇ ਕਲੇਸਨ ਆ ਹੋਰ ਬਾਪੂ ਜੀ ਤੁਸੀਂ ਐ ਕਰੋ ਅੰਦਰ ਜਾ ਕੇ ਬਹਿ ਜਾਓ ਕਿਉਂ ਇੱਥੇ ਧੁੱਪੇ ਸੜੀਆਂ ਨੇ ਹੋ ਆਇਆ ਰੂਪੇ ਅੰਦਰ ਚਲੀਏ ਆਪਾਂ ਹੋਰ ਪੱਖੇ ਥੱਲੇ ਬੈਠੀਏ ਮਾੜਾ ਮੋਟਾ ਚਲਨੀ ਤੂੰ ਵੀ ਵਗ ਜਾ ਹਾਂ ਆ ਜੂਗਾ ਮੈਂ ਆ ਕੁੜੀ ਦੀ ਜਾਨ ਨੂੰ ਰੋਇਆ ਕੁੜੀਏ ਤੇਰੇ ਮਾਸੜ ਨੂੰ ਤੂੰ ਨਾ ਲਿਜਾ ਨਾ ਲਜਾ ਇਹ ਇੱਕ ਕਰਕੇ ਨਹੀਂ ਮੰਨੀ ਹੈਗੀ ਮੈਂ ਤੁਸਾਂ ਨੂੰ ਲੈ ਦੇਖ ਲਾ ਭਈ ਮੇਰਾ ਕਿਹੜਾ ਮਾਸੜ ਵੀ ਨਾ ਗੱਡਾ ਖੜਾ ਤੀ ਮੈਂ ਕਦੋਂ ਲੈ ਕੇ ਗਈਆਂ ਬਾਪੂ ਜੀ ਮਾਸੜ ਨੂੰ ਉਹੀ ਮੇਰਾ ਨਾ ਇਹ ਪੋਰੀ ਐਨਾ ਹੈ ਨਹੀਂ ਸਰੀਰੇ ਦਾ ਕੰਮ ਕਰਦਾ ਮੈਂ ਤੁਸਾਂ ਨੂੰ ਦੱਸਾਂ ਗੱਲ ਜਿੰਨਾ ਤੂੰ ਕਰੀ ਜਾਨੀ ਐ ਇਹਦੇ ਨਾਲ ਧੱਕਾ ਚਲੋ ਮਾਸੜ ਜੀ ਮੈਂ ਤੁਹਾਡੇ ਤੇਲ ਜਸ ਦਿੰਨੀ ਆ ਸਿਰ ਤੇਲ ਆ ਮੈਂ ਵੀ ਨਿੰਬੂ ਪਾਣੀ ਬਣਾ ਕੇ ਲੈ ਕੇ ਆਉਣੀ ਆ ਪੁੱਤਾਂ ਮੈਂ ਵੀ ਤੈਨੂੰ ਕਹਿਣ ਲੱਗਿਆ ਸੀ ਹਨਾ ਨਿੰਬੂ ਲਿਆ ਬਣਾ ਕੇ ਪਾਣੀ ਦੇ ਦੋ ਗਲਾਸ ਫੇਰ ਹੁਣ ਮੈਂ ਵੀ ਪੀਉਂਦਾ ਭੀ ਹਾਂ ਹਾਂ ਹੋਰਾ ਬਾਪੂ ਜੀ ਦੇਖ ਕੇ ਅੰਦਰ ਵੜ ਲਓ ਮਾਸਟਰ ਨੂੰ ਰੂਪ ਸਿੰਘ ਹਾਂ ਜੀ ਐਨਕ ਕਦ ਖਿਆ ਤੇਰੀ ਮੜੀ ਜੀ ਮੈਨੂੰ ਕਿਵੇਂ ਆ ਲਓ ਜੀ ਲਓ ਦੇਖੋ ਲਾ ਕੇ ਮੇਰੇ ਵਾਲੀ ਐਨਕ ਜੇ ਕੁਛ ਦਿਨਾਂ ਨਹੀਂ ਵਧੀਆ ਮੇਰੇ ਆ ਦੇਖ ਲਓ ਜੀ ਫਰਕ ਪੈਂਦਾ ਹੋਰਾ ਕਈ ਵਾਰੀ ਫਰਕ ਪੈਂਦਾ ਜੇ ਵਧੀਆ ਦੇਖਿਆ ਮੈਂ ਐਨਕ ਹੋਰ ਲਿਆਵਾਂਗਾ ਤੇ ਇਹ ਨਾਲ ਆ ਦੇਖ ਲਓ ਲਾ ਕੇ ਹਾਂ ਬੱਲੇ ਓ ਤੇਰੇ ਹੈ ਆਵਾ ਤੇਰੇ ਚਾੜਦਿਆ ਰੂਪ ਸਿੰਘ ਓਏ ਹਾਂ ਜੀ ਹਾਂ ਇਹ ਪੁਰਾਣੇ ਮੜ ਦੇ ਐਨਕਾਂ ਨਹੀਂ ਤਾ ਪਤੰਦਰਾ ਐ ਉਹ ਦਾ ਘਣਾ ਐਕਟ ਵਾਲਿਆਂ ਕਿ ਚੱਕੀ ਫਿਰਦਾ ਹਾਂ ਦਾ ਪੇਟੀ ਚ ਸਾਮੀਆਂ ਹੋਈਆਂ ਦਿਆਂ ਦੀ ਜੀ ਹਾਂ ਮੈਂ ਕਹਿੰਦਾ ਕਿ ਨਹੀਂ ਮੇਰਾ ਇਹਨਾਂ ਵਰਕ ਪੈ ਜਾਂਦਾ ਹੋਰ ਆ ਆ ਮੇਰੇ ਲਈ ਤਾਂ ਜਮੀ ਨਹੀਂ ਆਏ ਹੁੰਦੇ ਜੋ ਕੋਈ ਰਾਤ ਪਈ ਪਈ ਆ ਤੂੰ ਡਾੜੀ ਜੀ ਦਾ ਇੱਕ ਹਿੱਸਾ ਤਾਂ ਪਹਿਲੀ ਪੰਨ ਰੱਖੇ ਕਰਾ ਹੋਰ ਉਹੀ ਦਾ ਗੱਲਾ ਉਹ ਪਈ ਮੇ ਤੋਂ ਸੀਸੇ ਹੀ ਪਿਆ ਕੀ ਕਰੀਏ ਮੁਰਦਾ ਤੁਝ ਨਾ ਨਹੀਂ ਸੁਣੂ ਕੁੜੀ ਜੰਨੇ ਕਦੇ ਦੁੱਖ ਦੇਣੀ ਕਦੇ ਕੋਸ ਕੁੜੀਏ ਆ ਪੁੱਤੇ ਇਹਦੇ ਮਾਂ ਤੇਰੇ ਮਾਸੜ ਦੇ ਲਾ ਦੇ ਪੂਰਾ ਤੇਲ ਲਾ ਮੀਗੀ ਜੇ ਅੰਦਰ ਜਾ ਬੜੀ ਤੂੰ ਤਾਂ ਦੱਸਾ ਹੋਰ ਇਹ ਲਿਸ਼ੂ ਵੇ ਮੰਗੇ ਹਾਂ ਬੀਬੀ ਸੋਕਰਾ ਪਾਈ ਆਵਦੇ ਪਿੰਡ ਚਾਬੜੀ ਕਰੇ ਹੁਣ ਤਾਂ ਆ ਤਾਂ ਬੜੇ ਹਾਂ ਤੂੰ ਹੀ ਲੈ ਕੇ ਭੱਜਿਆ ਮੈਨੂੰ ਉੱਥੋਂ ਕਿਉਂ ਹੋਇਆ ਤੇਰਾ ਜੀ ਲਗ ਰ ਨਾਨਕੇ ਗਿਆ ਹੋਇਆ ਤੀ ਤੂੰ ਉਹ ਜੀ ਵਾਲੀ ਗੱਲ ਨਹੀਂ ਬੀਬੀ ਹਾਂ ਉਹ ਕੁੜੀ ਚੰਗੀ ਭਲੀ ਆ ਗਈ ਸੀ ਆਪਣੇ ਉਰੇ ਚ ਲੈ ਕੇ ਉੱਥੀ ਤੁਰ ਪੀ ਹੁਣ ਉਹ ਕੁੜੀ ਨੂੰ ਤੰਗ ਕਰਨੀਂ ਫੇਰ ਵੇਖੀ ਤਰੇ ਤੰਗ ਕਰ ਤੇ ਕੋਈ ਨਾ ਫੇਰ ਪਤਾ ਸੱਤਾ ਲੈ ਆਵਾਂਗੇ ਇੱਕ ਭਾਈ ਮੰਗੇ ਤੂੰ ਦੋਤੇ ਦਾਰੂ ਪੀਣ ਲੱਗਿਆ ਜਾ ਕੇ ਮੈਂ ਕਾਨੂੰ ਪਿੰਡਾ ਤੀ ਹਾਂ ਉਹਨੇ ਪਰੋਣੇ ਨੇ ਪਿਆਤੀ ਮਾੜੀ ਮੋਟੀ ਖਾਤਰਦਾਰੀ ਦਾ ਕਰਦਾ ਹੀ ਆ ਹਾਂ ਤੈਨੂੰ ਤਾਂ ਪਰੋਣੇ ਨੇ ਪਿਆਤੀ ਔਰ ਮੈਨੂੰ ਕੀ ਨੇ ਪਿਆਈ ਤੀ ਮੈਨੂੰ ਤਾਂ ਐ ਪਿਆਤੀ ਆਪੇ ਪੀਤੀ ਦੀ ਤੈਂ ਹਾਈ ਮੈਨੂੰ ਕਹਿੰਦੇ ਤੇਰਾ ਮੱਛਰ ਨਹੀਂ ਲੜਨਾ ਹੈਗਾ ਤੂੰ ਪੀ ਲੈ ਬੇਸ਼ਰਮ ਨਾ ਸ਼ਰਮ ਮੰਨੇ ਚਲ ਉੱਦੇ ਦਾ ਮੈਂ ਪਿਆਤੀ ਉਦੋਂ ਪਹਿਲਾਂ ਜਿਹੜੀ ਪੀ ਕੇ ਲਲਕਰੇ ਮਾਰਦੀ ਸੀ ਉਹ ਹਾਈ ਬੇਇੱਜ਼ਤੀ ਕਰਾਤੀ ਮੇਰੀ ਉੱਥੇ ਨਾ ਬੇਇੱਜ਼ਤੀ ਕਰਾਤੀ ਜੇ ਤੱਕ ਖੇਤ ਜਾ ਮੈਂ ਭੱਜ ਲੈਣੀ ਪਿੰਡ ਨੂੰ ਫੇਰ ਫੇਰ ਕੀ ਦੀ ਬੇਇੱਜ਼ਤੀ ਹੁੰਦੀ ਭੱਜ ਲੈਂਦੀ ਤੂੰ ਉਸੇ ਦੇਖ ਲੈ ਬੁੜੇ ਦੇ ਸਾਹਮਣੇ ਕੀ ਕੁਸਤਾਂ ਕਰਿਆ ਉਹਨੇ ਸਾਰੇ ਪਿੰਡ ਨੇ ਦੇਖਿਆ ਤੈਨੂੰ ਹਾਏ ਭੂਆ ਮਰ ਜਾ ਫੇਰ ਵੀ ਚੱਲ ਭਾਈ ਮੈਂ ਤਾਂ ਬਸਰਮੀ ਜਿਹਾਉਂਦੀ ਆ ਹੁਣ ਦੱਸ ਕਿਵੇਂ ਮੱਥੇ ਲਗੂਗੇ ਇਹਨਾਂ ਦੇ ਬੁੜੇ ਦੇ ਹੈ ਜੇ ਹੁਣ ਮੇਰੇ ਬਾਪ ਨੂੰ ਲੱਗ ਗਿਆ ਪਤਾ ਅਰ ਤੈਨੂੰ ਖੱਲੂਗਾ ਹਾਏ ਉੱਥੇ ਜਾ ਕੇ ਸ਼ਰਾਬਾਂ ਮਿੰਦੀਆਂ ਤਸੀਰ ਉਹਨੂੰ ਕੰਜਰਾ ਕਿਤੇ ਦੱਸ ਦੇ ਹੋਰ ਸਿਆਪਾ ਸੇੜ ਦੇ ਮੈਂ ਇਹਦਾ ਕੀ ਕਰਨਾ ਉਹਨੂੰ ਦੱਸ ਕੇ ਆਹੋ ਲੰਗ ਲਾ ਕੇ ਰਾਂ ਸੋ ਕੰਮ ਮਸਾਂ ਆਇਆ ਪਿੰਡ ਦੇ ਵਿੱਚ ਬੜਿਆ ਹੁਣ ਨਾ ਇਹ ਜੇ ਸਿਆਪੇ ਸੇੜੀ ਕਦੇ ਮੈਂ ਇਹਦਾ ਕਾਨੂੰਨ ਛੇੜਦਾ ਪਰ ਗਲਤੀ ਬਹੁਤ ਵੱਡੀ ਕਰਾਈ ਤੂੰ ਉੱਥੇ ਆਹੋ ਮੈਂ ਕਰੀਆ ਗਲਤੀ ਤੈਨੂੰ ਕੋਈ ਗਲਤੀ ਕਰੀ ਆਹੋ ਹੋ ਹੋਰਾ ਇਹ ਦੱਸਦਾ ਨਹੀਂ ਮੈਨੂੰ ਐ ਲੱਗਦਾ ਸਿਰ ਸੁਰ ਦੁਖਦਾ ਇਹਦਾ ਇਹ ਤਾਂ ਗੁੰਮਸੁੰਮ ਜਾ ਮਾਸੜ ਜਾ ਕਿਹੜਾ ਬੋਲ ਕੇ ਦੱਸਦਾ ਹੈ ਹੋਰਾ ਕਈ ਬਰੀ ਪਈਆ ਤੋਪਾ ਤੋਪ ਕਰਕੇ ਕਹਿੰਦਾ ਕਈ ਬਸ ਮੜਾ ਜਾ ਥੋੜਾ ਜੀ ਲਾਇਓ ਭਾਈ ਜਾਂਦੇ ਅਕਲ ਕਾਨ ਜੀ ਹੋ ਜਾਂਦਾ ਇਹਨਾਂ ਦਾ ਹਾਂ ਚੁੱਪਤਾ ਕਰ ਜੋ ਬਾਪੂ ਜੀ ਉਹੀ ਤਾਂ ਗੱਲਾਂ ਚੱਲ ਮੜ ਜਾਈਆਂ ਆ ਤੂੰ ਕਰ ਜੀ ਭਾਈ ਚਾਹ ਪਾਣੀ ਪੀਂਦਾ ਕਰਦਾ ਹਾਂ ਹੋਰਾ ਚੱਲ ਮੜ ਜੀ ਖੁਸ਼ਕੀ ਜੀ ਠੀਕ ਹੋ ਜੂਗੀ ਖੁਸ਼ਕੀ ਹੋਰੀ ਤੇਰੇ ਸਿਰ ਚ ਚੱਲ ਬਸ ਭਾਈ ਬਹੁਤ ਆ ਹੁਣ ਆਰਾਮ ਜਾਣ ਲੱਗਾ ਕੋਈ ਨਾ ਕੋਈ ਨਾ ਮਲਾ ਲਾ ਹੋਰਾ ਕਹ ਰਿਹਾ ਕਿ ਆਹ ਕਰ ਤੂੰ ਮਾੜਾ ਮਟਾ ਉਹ ਲਾਣੇਦਾਰਨੀ ਨੂੰ ਕਹੇ ਤੇਲੇ ਮਲਦਿਆ ਕਰ ਮਾੜਾ ਮਟਾ ਮੇਰੇ ਲਾਣੇਦਾਰਨੀ ਦਾ ਵੱਡਣ ਜੋਕਰੀ ਐ ਹੋਰ ਅਹੀ ਜੀ ਕਿਸੇ ਦੇ ਕਾਨੂੰ ਆਵੇ ਜੀ ਉਹੀ ਤਾਂ ਗੱਲਾਂ ਤੂੰ ਕਹਿੰਦਾ ਨਹੀਂ ਹੈਗਾ ਉਹਨੂੰ ਹੋਰ ਮੈਂ ਤਾਂ ਇਹੀ ਕਹਿਣਾ ਵੀ ਰੱਬ ਕਰਕੇ ਹਰ ਇੱਕ ਘਰ ਤੇਰੇ ਵਰਗੀ ਹੋਵੇ ਹਾਂ ਬਿਲਕੁਲ ਚੰਗੇ ਸੁਭਾਅ ਦੀ ਆ ਤਾਂ ਕੀ ਆ ਤਾਂ ਉਹ ਤਾਂ ਸਾਡੇ ਵੀ ਦੇਖ ਲਾ ਕੀ ਇਹ ਮਜ਼ਾ ਆ ਰਿਹਾ ਪਾਂਡੇ ਖੜਕਣ ਦੇ ਦੇ ਪਾਂਡੇ ਖੜਕਣਗੇ ਗਵਾਂਡੀਆਂ ਨੂੰ ਪਤਾ ਲੱਗਦਾ ਜੇ ਦਾ ਆਵੜਦੀ ਆ ਉਹ ਬਿੱਲੀ ਨੇ ਚੱਪਣ ਦਿੰਦੀ ਮਗਰ ਮਾਰਦੀਆਂ ਕੋਲੀਆਂ ਬਾਟੀਆਂ ਭਗਾਵਗਾ ਮਾਰਦੀ ਆ ਜੀ ਮਾਰਦੀ ਆ ਫਿਰ ਲਾਣੇਦਾਰ ਨਹੀਂ ਬੜਾ ਸੂਤ ਹੈ ਹੋਰ ਆ ਉਹ ਚੱਲ ਟਾਈਮ ਕੱਟਣਾ ਕੀ ਗੱਲਾਂ ਆ ਹਾਂ ਹੁਣ ਅੱਧੀ ਲੰਗੀ ਬਹੁਤੀ ਲੰਗੀ ਥੋੜੀ ਰਹਿ ਗਈ ਕੀ ਕਰਾਂ ਬਾਪੂ ਜੀ ਮੈਂ ਤੁਹਾਨੂੰ ਐਂ ਕਹਿੰਦੀ ਈ ਮਗਰ ਨੂੰ ਪੁੱਛ ਲੋ ਮੜਾ ਜੇ ਦਾਪਕਾ ਜਾਂ ਮਾਰ ਕੇ ਬਿਮਾਸੀ ਤੇ ਮੰਗਾ ਕਿੱਥੇ ਨੇਗੇ ਇਹ ਕੁੜੀ ਐ ਮੈਂ ਤੋ ਫੇਰ ਭੋਲੇ ਜਾਂਦਾ ਨਾ ਤੇਰਾ ਗੱਡਾ ਖੜਿਆ ਉਹਨਾਂ ਬਿਨਾ ਜਾਣ ਦੇ ਇਹ ਤਾਂ ਮਰਜ਼ੀ ਜਾਣ ਸਾਲਿਆਂ ਨੂੰ ਠੱਠੇ ਖੂਜ ਗਿਰਨ ਦੇ ਹੈ ਉਈ ਉਹ ਜਿਹੜਾ ਖੱਡਾਂ 'ਚ ਪਾਣੀ ਪਾਈਏ ਨੇ ਤੂੰ ਆ ਤਾਂ ਕੰਮ ਕਰ ਲਾ ਬਾਪੂ ਜੀ ਮੈਂ ਦੱਸ ਕੀ ਲੈਣਾ ਉਹਨਾਂ ਤੋਂ ਮੈਂ ਤਾਂ ਉਹੀ ਪੁੱਛਦੀ ਸੀ ਤੂੰ ਜਾਣ ਕੇ ਪੁੱਛਦੀ ਆ ਉਹੀ ਕਿਉਂ ਪੁੱਛਦੀ ਸੀ ਮੈਨੂੰ ਐਂ ਦੱਸ ਪੁੱਤ ਜਿਹੜੇ ਰਾਹ ਆਪਣੇ ਜਾਣੀ ਨਹੀਂ ਹੈਗਾ ਉਹਦਾ ਪੁੱਛਣ ਦਾ ਕੀ ਫਾਇਦਾ ਬੋਲੀਏ ਐਵੇਂ ਹੀ ਨੀ ਭਕਾਈ ਕਰਦੇ ਹੁੰਦੇ ਤੂੰ ਹਾਂ ਚਲ ਭਾਈ nisso ਬਹੁਤ ਹੋ ਗਿਆ ਹੁਣ ਆਰਾਮ ਆ ਭਾਈ ਅੱਗੇ ਨਾਲ ਫਰਕ ਹੈ ਫਰਕਾ ਕੁਛ ਹਾਂ ਜੀ ਫਰਕ ਅੱਛਾ ਚਲ ਠੀਕ ਆ ਕਰ ਬਾਪੂ ਜੀ ਥੋੜਾ ਲਾਵਾਂ ਤੇਲ ਬਸ ਕਰ ਪੁੱਤ ਹੱਥ ਬੰਨੇ ਥੋੜੇ ਤੇਲ ਨਾਲ ਮੈਂ ਤਾਂ ਉਹੀ ਚੰਗਾ ਹਾਂ ਤੂੰ ਐ ਕਰ ਮੱਗਰ ਦੇ ਲਾ ਦੇ ਉਹਦੇ ਕਿਸ ਨੂੰ ਖਾਸੇ ਪਏ ਨੇ ਮੇਤੋਂ ਹੋਰ ਹੁਣ ਮੱਗਰ ਦੇ ਤਾਂ ਬੇਬੇ ਲਈ ਜਾਂਦੀ ਆ ਤੇਲ ਲੈ ਦੇਖ ਲੈ ਬੇਬੇ ਨੂੰ ਹੋਰ ਤਾਂ ਕੰਮ ਨਹੀਂ ਕਿਦੇ ਉਹਨੇ ਮੇਰੇ ਤੇਲ ਲਾਤਾ ਕਦੇ ਮੱਗਰ ਦੇ ਤੇਲ ਲਾਤਾ ਹੈ ਪਤਾ ਨਹੀਂ ਕੀ ਉਹਨੂੰ ਮਿਲਦਾ ਇਹਨਾਂ ਗੱਲਾਂ ਚ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਹੈਗੀ ਦੇਖ ਲੈ ਉਹ ਹੀ ਚੜ੍ਹਾਈ ਜਾਂਦੀ ਆ ਬਾਪੂ ਜੀ ਜਦੋਂ ਆਪਾਂ ਉਹਨੂੰ ਕੁੱਟਦੇ ਦੀ ਮੂਰੇ ਹੁੰਦੀ ਦੀ ਆਪ ਹੋਰ ਹੁਣ ਪਤਾ ਨਹੀਂ ਕੀ ਲਿਕੜਦਾ ਇਹਨਾਂ ਗੱਲਾਂ ਵਿੱਚ ਕੋਸ ਹਾਂ ਗੱਲਾਂ ਕੋਈ ਦੱਸੋ ਕੀ ਕਰਦੀ ਐਂ ਤੂੰ ਮੰਮੀ ਜੀ ਮੈਂ ਨਿੰਬੂ ਪਾਣੀ ਬਣਾ ਰਹੀ ਸੀ ਕਿਹਦੇ ਵਾਸਤੇ ਬਾਪੂ ਜੀ ਉਹਨਾਂ ਵਾਸਤੇ ਧੁੱਪੇ ਆਏ ਨੇ ਨਾ ਕੀ ਗੱਲ ਬਾਪੂ ਮੱਕੀ ਗੁੱੜ ਖਾ ਕੇ ਖੇਤ ਮੈਨੂੰ ਤਾਂ ਫੋਕੇ ਪਾਣੀ ਦਾ ਗਲਾਸ ਪੜਾ ਕੇ ਰਾਜ਼ੀ ਨਹੀਂ ਆ ਬਾਪੂ ਨੂੰ ਸਿਕੰਜੇ ਵੀ ਕਰਕੇ ਦੇ ਦਿੰਦੀ ਐ ਕੀ ਗੱਲ ਬਾਪੂ ਜੀ ਨੇ ਕਿਹਾ ਸੀ ਮੈਂ ਤਾਂ ਤਾਂ ਬਣਾ ਰਹੀ ਆ ਮੇਰੀ ਇੱਕ ਗੱਲ ਸੁਣ ਲੈ ਸਮਝ ਨਹੀਂ ਐ ਜੇ ਬਾਹਰ ਪਾਫ ਕੱਢੀ ਐ ਵੀ ਹਾਂ ਮੈਨੂੰ ਬੇਬੇ ਪੰਜ ਦਿਨ ਕਹਿੰਦੀ ਐ ਕਿ ਜਾ ਮੈਨੂੰ ਘੂਰ ਦਿਆ ਤੇਰੀ ਰੇਲ ਬਣਾ ਦੂੰ ਕਿਸੇ ਨੂੰ ਕੁਝ ਨਹੀਂ ਦੱਸ ਜੀ ਜਾਰੇ ਬਾਪੂ ਦੀ ਹੇਜਲੀ ਠੀਕ ਹੈ ਦੇਖ ਲੈ ਘਰ ਨਾਲੀ ਜਾਣਦੀ ਆ ਮੇਰੇ ਗੁੱਸੇ ਨੂੰ ਕਰਦੀ ਐ ਲੱਛਣ ਐਦਾਂ ਗੱਲ ਸੁਣਨੀ ਮੇਰੀ ਜੇ ਕਿਸੇ ਨੂੰ ਬਾਹਰ ਦੱਸਿਆ ਨਾ ਬੀ ਬੁਰੀ ਨਖਿਚੜੀ ਬਗਾ ਕੇ ਮਾਰੀ ਜਾਂ ਮੇਰਾ ਕਰਿਆ ਸਮਾਨ ਨਹੀਂ ਖਾਂਦੀ ਤੇਰੇ ਖਾਖਾਂ ਪਾੜ ਦੂੰ ਮੈਂ ਹੈ ਮੈਂ ਕੁਛ ਖਾ ਕੇ ਮਰ ਜਾਂ ਫੈਸਲਾ ਤੇਰੇ ਹੱਥ ਚ ਨਾ ਤੁਰੂਗੀ ਤੇਰਾ ਜਿਵੇਂ ਤੇਰਾ ਚਤਮੰਦ ਉਹ ਜਿਵੇਂ ਕਰ ਲੀ ਮੈਂ ਅੱਗੇ بڑا ਮੈਂ ਦੱਸ ਦਿਆਂ ਇਹਨਾਂ ਨੂੰ ਜੋ ਤੁਸੀਂ ਕਰਦੇ ਹੋ ਹੁਣ ਵੀ ਕਿਉਂ ਦੱਸੂਗੀ ਹਾਂ ਨਹੀਂ ਤੇਰੀ ਜੀਬ ਖਰਜੂਗੀ ਕੋਈ ਨਹੀਂ ਉਭੇ ਆਰਾਮ ਕਰ ਲਾਂਦਾ ਭਾਈ ਬੰਦੋ ਚਲ ਕੋਈ ਨਹੀਂ ਜੀ ਪਾਏ ਜਾਂਦੇ ਬਸ ਚਲ ਪਾਣੀ ਪੀ ਲੈ ਗੁੱਡੀ ਪਾਣੀ ਲੈ ਕੇ ਲਿਓ ਭਾਈ ਲਿਓ ਭਾਈ ਉਹ ਭਾਈ ਪਾਣੀ ਦਾ ਫੇਰ ਪੀਵਾਂਗੇ ਐਂ ਦੱਸ ਤੇਰਾ ਮੂੰਹ ਐ ਕਾ ਤੋ ਰਹਾ ਮੱਲਾ ਨਾ ਨਾ ਬਾਪੂ ਜੀ ਮੈਨੂੰ ਕੀ ਹੋਇਆ ਠੀਕ ਆ ਮੈਂ ਕੋਣ ਨੇ ਮੂੰਹ ਤੇ ਤਰੇ ਕਿਵੇਂ 12 ਵਜੇ ਪੈਨ ਦੱਸ ਗੱਲ ਆ ਕੋਈ ਨਹੀਂ ਨਹੀਂ ਬਾਪੂ ਜੀ ਤੁਹਾਨੂੰ ਇਹ ਲੱਗਦਾ ਕਿ ਜੀ ਨਹੀਂ ਲੱਗਦਾ ਤੇਰਾ ਨਾ ਜੀ ਨਹੀਂ ਲੱਗਦਾ ਮੇਂ ਤੇਰਾ ਦੱਸ ਤੇਰਾ ਬਾਪੂ ਦਾ ਬੈਠਿਆ ਤੇਰੇ ਲਈ ਪਹਿਲਾਂ ਜੀ ਵਾਲੀ ਕਿਹੜੀ ਗੱਲ ਆ ਮੱਲਾ ਹੈ ਐ ਨਹੀਂ ਕਰਦੇ ਹੁੰਦੇ ਤੇਰੇ ਬੇਬੇ ਯਾਦ ਹੁੰਦੇ ਹੁੰਦੇ ਆ ਚਲੋ ਬਾਪੂ ਜੀ ਮੈਂ ਨਿਸ਼ ਨੂੰ ਦਿਆਂਵਾਂ ਨਿੰਬੂ ਪਾਣੀ ਦੇਖ ਲੈ ਨਾ ਉਹ ਗੱਲ ਤਾਂ ਆਉਂਦੀ ਹੀ ਨਹੀਂ ਹੈਗੀ ਦੇਖ ਲੈ ਐ ਰੂਪ ਸਿਆ ਤੂੰ ਕਹਿ ਮਾੜਾ ਮੁੰਡਾ ਕੁੜੀ ਨੂੰ ਇਹ ਤਾਂ ਉਹਦੇ ਨਾਲ ਅੱਧੀ ਰਹਿ ਗਈ ਜੰਮੀ ਦੱਸਾ ਇਹ ਤਾਂ ਮੈਂ ਕਬਰਾਂ ਹੀ ਜਾਂਦੇ ਨਹੀਂ ਪਹਿਲਾਂ ਐਵੇਂ ਕੰਮ ਚੱਲੂਗਾ ਹੈ ਮੈਨੂੰ ਦੀ ਆਦਤ ਐਨੇ ਕਰਦਾ ਫੇਰ ਉਹ ਆਦਤਾਂ ਨਹੀਂ ਛੱਡਦੀ ਹੋਰ ਉਹੀ ਤਾਂ ਗੱਲ ਆ ਨਿਸ਼ ਨੂੰ ਆਲੇ ਨਿੰਬੂ ਪਾਣੀ ਪੱਬੀ ਇਹ ਤੈਨੂੰ ਬਾਚੋ ਪਿਉ ਤੂੰ ਮੈਨੂੰ ਐਂ ਦੱਸ ਕੀ ਗੱਲ ਆ ਬਾਰੇ ਬਾਪੂ ਵੀ ਪੁੱਛ ਰਿਆ ਤੇ ਦਿੱਥੋਂ ਗੱਲ ਤਾਂ ਕੀ ਹੋਣੀ ਆ ਕੁਛ ਵੀ ਨਹੀਂ ਨਾਲੇ ਬਾਬੀ ਤੇਰਾ ਮੂਜਾ ਉੱਡਿਆ ਪਿਆ ਤੈਨੂੰ ਤੇਰੀ ਮੰਮੀ ਹੋਰਾਂ ਦੀ ਟੈਨਸ਼ਨ ਆ ਅਸੀਂ ਪੁੱਛ ਲੈਨੇ ਆ ਮਗਰ ਨੂੰ ਵੀ ਉਹ ਕਿੱਥੇ ਨੇਗੇ ਨਾ ਨਾ ਇੱਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਮੈਨੂੰ ਲੱਗਦਾ ਜਿਨਾ ਵੀਪੀ ਡਾਊਨ ਹੋ ਗਿਆ ਤਾਂ ਮੂ ਉੱਤਰਿਆ ਪਿਆ ਮੇਰਾ ਲੈ ਬਾਬੀ ਫਿਰ ਮੇਰੇ ਸਿਰ ਘੁੱਟ ਦਿੰਨੀ ਆ ਆ ਰਹਿਣ ਦਿੰਦੀ ਤੂੰ ਕਾਣੋਂ ਓਖੀਆਂ ਹੋਏਂਗੀ ਪੜ ਲਾ ਤੂੰ ਨਾ ਕੁਛ ਨਹੀਂ ਹੁੰਦਾ ਹੈ ਭਾਬੀ ਦੱਸ ਦੇ ਕੀ ਗੱਲ ਆ ਕੁਛ ਨਹੀਂ ਹੋਇਆ ਪਤਾ ਤੂੰ ਟੈਨਸ਼ਨ ਨਾ ਲਿਆ ਕਰ ਤੈਨੂੰ ਬੇਬੇ ਕੁਛ ਕਹਿੰਦੀ ਹੈਗੀ ਨਹੀਂ ਬੇਬੇ ਨੇ ਕੀ ਕਹਿਣਾ ਮੈਨੂੰ ਪਰ ਪਤਾ ਧਗ ਮੇਤਾ ਫालतੂ ਤਾਂ ਬੇਬੇ ਨੂੰ ਬੁਲਾਉਂਦੀ ਨਹੀਂ ਜੇ ਮੈਂ ਬੁਲਾਉਂਗੀ ਤਾਂ ਤਾਂ ਬੇਬੇ ਮੈਨੂੰ ਕੁਝ ਕਹੂਗੀ ਠੀਕ ਆ ਹਾ ਹਾ ਵੇ ਮੰਗੇ ਮੋਸਾ ਘਰ ਆਇਆਗਾ ਹੋਰ ਆ ਪਹੁੰਚ ਵੀ ਗਏ ਹੋਰ ਹੋਰ ਮੰਗੇ ਹਾਂ ਮੇਰੇ ਤਾਂ ਪੱਪੇ ਕარი ਬੜਨ ਨੂੰ ਜੀ ਨਹੀਂ ਕਰਦਾ ਹੈਗਾ ਕਿਉਂ ਕਾ ਤੂੰ ਨਹੀਂ ਕਰਦਾ ਨਾ ਪਤਾ ਨਹੀਂ ਕਾ ਤੂੰ ਮੈਂ ਤਾਂ ਘਰ ਬੜਬੜ ਖਾਂਦਾ ਦੇਖੀ ਚੱਕ ਨੂੰ ਵੀ ਨਹੀਂ ਜੀ ਕਰਦਾ ਆਪਣੀ ਘਰ ਵਾਲੀ ਉਹ ਤਾਂ ਤੈਨੂੰ ਕਹਿਦੀ ਵੀ ਰਹਿ ਜਾ ਉੱਥੇ ਹੋਰ ਵਧੀਆ ਸੇਵਾ ਹੋਰੀ ਦੀ ਬਾਬੇ ਬਣੇ ਫਿਰਦੇ ਤੇ ਉਹ ਤਾਂ ਕਹਿੰਦੀ ਚੱਲ ਪਿੰਡ ਚੱਲ ਪਿੰਡ ਆ ਚੱਲ ਤੂੰ ਤਾਂ ਮੈਨੂੰ ਸੁਣਾਉਣ ਲੱਗ ਗਿਆ ਹੁਣ ਤੇਰਾ ਜੀਨ ਕਰਦਾ ਵੀ ਰੋਟੀ ਲਾਉਣੀ ਪਊਗੀ ਉੱਥੇ ਮਿਲਦਾ ਸੀ ਨਾ ਖੀਰ ਕੜਾ ਆਹੋ ਖੀਰ ਕੜਾ ਮਿਲਦਾ ਸੀਗਾ ਮੰਗੇ ਹਾਂ ਪਤਾ ਨਹੀਂ ਕਾ ਤੋ ਦੇਖੀ ਹਾਈ ਹਾਈ ਵੇ ਨਾ ਵੀ ਮੇਰਾ ਤਾਂ ਨਹੀਂ ਜੀ ਲਾਦਾ ਮੈਂ ਤਾਂ ਹੋਰ ਵੇ ਮੁੜ ਕੇ ਦਵਾਰੇ ਉੱਥੇ ਵਗ ਚੱਲ ਆਹ ਕੋਰੇ ਕੰਮ ਕਰਨਾ ਪਊ ਹੈ ਨਾ ਤਾਂ ਕਰਕੇ ਕਰ ਰਹੀ ਆਂ ਚਾਚੂ ਬਣਾ ਲਾ ਹੁਣ ਰੋਟੀਆਂ ਬਣਾ ਲਾ ਨਾਲੇ ਹੇ ਮੈਂ ਰੋਟੀਆਂ ਹੋਰ ਹਾਈ ਹਾਈ ਵੇ ਮੰਗੇ ਕੈ ਨਾ ਸੁਖ ਤੀਗਾ ਕਿਸੇ ਦਾ ਖੀਰ ਮਿਲਦਾ ਸੀ ਕਿਤੇ ਕੜਾ ਮਿਲਦਾ ਦੀਗਾ ਕੈ ਨਾ ਕੁਝ ਮਿਲਦਾ ਦੀਗਾ ਆਹੋ ਹੁਣ ਕਰਦੀ ਨਹੀਂ ਸਾਰ ਲੈਣੀ ਤੇ ਘਰੇ ਸਾਰੇ ਕੰਮ ਆ ਹੀ ਪਏ ਨੇ ਔਰ ਮੇਰਾ ਬਾਪ ਵੀ ਉੱਥੇ ਬੈਠ ਗਿਆ ਹੁਣ ਕੰਮ ਕੌਣ ਕਰੂਗਾ ਓਰੇ ਮੋਂਗੇ ਖੰਡ ਖੰਡੇ ਆ ਪਿਆ ਸਾਰਾ ਤੂੰ ਪਈ ਐਂ ਕਰ ਮੇਰੇ ਨਾਲ ਕੰਮ ਕਰਾਈ ਹੁਣ ਕਿਉਂ ਮੈਂ ਕਿਉਂ ਕਰਾਂ ਮੈਂ ਬੀਬੀ ਤੀਨੀ ਵਾਲੇ ਕੰਮ ਤੂੰ ਆਪ ਕਰ ਲਾਵਾਂਗੇ ਮੈਂ ਚਾਹ ਬਣਾ ਕੇ ਲੈਂਦੇ ਪੁੱਤ ਤੂੰ ਆਹ ਚਾੜੂ ਜੇ ਚੱਕੀ ਚਾੜੂ ਜੇ ਲਾ ਦੇ ਦੇਖ ਨਾ ਮੈਂ ਤਾਂ ਡੰਗਰ ਬੱਛਾ ਦੇਖੂ ਆਪਦਾ ਮੈਂ ਤਾਂ ਬੈਠੀ ਆ ਫੇਰ ਤੂੰ ਸਿੱਧੀ ਕਰਨ ਦੇ ਮੜਾ ਇਹ ਥੱਕ ਗਿਆ ਦੇਵਾਂ ਚਾਹ ਕਰਕੇ ਕਰ ਲਿਆ ਕਰ ਲਿਆ ਜੋਣੀ ਪੋਗੋ ਮੈਨੂੰ ਤਾਂ ਸਰਖੰਡੀ ਜੀ ਕੁੜੀ ਨਾਲ ਆ ਜਾਂਦੀ ਕੰਮ ਤੱਕ ਕਰਾ ਦਿੰਦੀ ਉੱਥੇ ਛੱਡਿਆ ਜਣਾ ਉਹ ਕੁੜੀ ਨੂੰ ਦੱਸ ਕਰ ਤੱਕ ਬਿਠਾ ਕੇ ਰੱਖੇਗੀ ਇੱਥੇ ਭਾਬੀ ਦੱਸ ਦੇ ਕੀ ਗੱਲ ਆ ਉਹ ਕੁਛ ਨਹੀਂ ਹੋਇਆ ਚੱਲ ਬਸ ਉਹਨੂੰ ਠੀਕ ਆ ਮੈਂ ਐ ਕਰ ਤੂੰ ਨਿੰਬੂ ਪਾਣੀ ਪੀ ਲੈ ਇਹ ਵੀ ਗਰਮ ਹੋਈ ਜਾਂਦਾ ਪਿਆ ਪਿਆ ਇਹ ਤਾਂ ਮੈਂ ਪੀ ਲੂੰ ਕੋਈ ਨਾ ਭਾਬੀ ਚੱਲ ਮੈਂ ਵੀ ਕੰਮ ਨਿਵੇੜਲਾ ਕਰਦੇ ਠੀਕ ਹੈ ਤੂੰ ਪੜ ਲਵਦਾ ਕੋਈ ਨਾ ਭਾਬੀ ਮੈਂ ਆਉਣੀ ਆ ਮੈਂ ਤੇਰੇ ਨਾਲ ਹੀ ਕਰਾ ਦੂੰ ਕੰਮ ਉਹ ਨਹੀਂ ਨਹੀਂ ਆਪੀ ਕਰ ਲੂ ਮੈਂ ਘਰ ਦੇ ਕੰਮ ਤਾਂ ਠੀਕ ਲੈ ਆ ਬੈ ਕੇ ਦੱਸ ਹੈ ਮਗਰਾ ਤੂੰ ਖੜਾ ਹੋ ਤੂੰ ਕਿਵੇਂ ਬੈ ਗਿਆ ਬੇਬੇ ਤੂੰ ਪੰਜਾਉਂ ਹੁੰਦੀ ਉਧਰ ਮੋਰਾ ਪੈ ਗਿਆ ਕੇ ਫਿਰ ਲੈ ਫੜ ਆ ਪੀ ਲੈ ਦੁੱਧ ਜੀ ਕੋਟ ਹਲਦੀ ਵਾਲਾ ਕਰਕੇ ਲਈਆਂ ਲੈ ਬੇਬੇ ਮਾਲੀ ਬੁੱਢੀ ਚੀਸ ਕੱਢ ਜੂਗੀ ਜਿੱਥੇ ਪੈਂਦੀ ਹੈ ਜੀ ਠੀਕ ਆ ਹੁਣ ਤੁਸੀਂ ਬਾਪੂ ਨੇ ਬਾਲਾ ਤਾਂ ਨਹੀਂ ਕੁੱਟਿਆ ਤੁਹਾਨੂੰ। ਨਾ ਬਾਪੂ ਦਾ ਪਲੋਸਿਆ ਦੀ ਮੈਨੂੰ। ਨਾ ਮੈਨੂੰ ਐ ਦੱਸ ਹੁਣ ਤਾਂ ਇਹਨੂੰ ਕੁਛ ਦੀਆਂ। ਉਦੋਂ ਕਿੱਥੇ ਗਈ ਜਦੋਂ ਬਾਪੂ ਕੁੱਟਦਾ ਹੁੰਦਾ। ਮਾੜਾ ਮੋੜਾ ਤੇਰੇ ਬਾਪੂ ਨੂੰ ਤੂੰ ਕਹਿ ਸਕਦੀਆਂ ਵੀ ਕੀ ਗੱਲ। ਇਹਦੇ ਕਾਹਦਾ ਹੱਥ ਲਾਉਂਦਾ। ਮੰਮੀ ਜੀ ਹੁਣ ਮੈਂ ਕੀ ਕਹਾਂ ਬਾਪੂ ਜੀ ਨੂੰ? ਕੁਛ ਤੇ ਇਹਨਾਂ ਚ ਵੀ ਘਾਟਣੇ, दारू ਪਿੰਦੇ ਨੇ ਤੇ ਬਾਪੂ ਬੋਲਣਗੇ ਨਹੀਂ ਇਹਨਾਂ ਨੂੰ। ਦੇਗਾ। ਫੇਰ ਕੀ ਝੋਲਮ ਆ ਗਿਆ। ਜੇ ਇਹਨੇ दारू ਪੀ ਲਈ, ਦੁਨੀਆਂ ਨੇ दारू ਪਿੰਦੀ, दारू ਬੰਦੀ ਪਿੰਦੇ ਹੁੰਦੇ ਨੇ ਹੋਰ ਕਿ ਡੰਗਰ ਪੀਣਗੇ। ਨਾਲੇ ਉਹ ਅੱਜ ਇਹਨੂੰ ਮੱਤਾਂ ਦਿੰਦਾ। ਪਹਿਲਾਂ ਤੇ ਹਾਂ ਨਾੜੀ ਤੇਰਾ ਭਾਈ ਨਹੀਂ ਪੀਂਦਾ ਹੋਣਾ ਜਮੀਨੀ ਸ਼ਰਮ ਆਉਂਦੀ ਹੈ ਕਿ ਤੈਨੂੰ ਹੋਰਾਂ ਗੱਲ ਕਹਿਣ ਲੱਗੇ ਉਹਨੂੰ ਤੂੰ ਤੇਰੇ ਬੰਦੇ ਦਾ ਪੱਖ ਤਾਂ ਕੀ ਕਰਨਾ ਸੀ ਦੇਖ ਲੈ ਮਗਰਾ ਹਾਂ ਹਾਲੇ ਆਪਦੇ ਬਾਪੂ ਦੀ ਮੇਰ ਕਰਾਉਂਦੀ ਐ ਇਹਨੂੰ ਸੰਗ ਨਹੀਂ ਆਉਂਦੀ ਓ ਬੇਬੇ ਮੈਂ ਤਾਂ ਉਹੀ ਨਹੀਂ ਕਰੇ ਪੀਤੀ ਸੀ ਮੈਂ ਤਾਂ ਮੰਗਾ ਲਾ ਕੇ ਗਿਆ ਮੈਂ ਤਾਂ ਕਹਿੰਦਾ ਪੀ ਕੇ ਦੇਖੇ ਤਾਂ ਕੜਾ ਕੌੜੀ ਹੀ ਹੁੰਦੀ ਐ ਕਹਿੰਦਾ ਮੜੀ ਜੀ ਬਸ ਮੈਂ ਪੀ ਲਈ ਇੱਕ ਦਿਨ ਆਪਦੇ ਨੂੰ ਨਹੀਂ ਇਹ ਕਹਿੰਦੀ ਆਪਦੇ ਜਿਹੇ ਪਰਦੇ ਢੱਕਦੀ ਐ ਤੇਰੇ ਪਰਦੇ ਚੱਕਦੀ ਐ ਦਾਰੂ ਪੀਂਦਾ ਐ ਬਾਪੂ ਨੇ ਤਾਂ ਕੁੱਟਿਆ ਕੀ ਗੱਲ ਤੇਰਾ ਭਾਈ ਨਹੀਂ ਪੀਂਦਾ हां मैं की ਕੱਲਾ ਪੀਂਦਾ ਸੀ ਉਹ ਵੀ ਨਾਲੇ ਪੀਂਦਾ ਹੁੰਦਾ ਸੀ ਮੇਰੇ ਉਹਨੂੰ ਕਹਿਂਦੀ ਉਹਦੇ ਤਾਂ ਕਦੇ ਕਹਾਣੀ ਮੇਰੇ ਤੇ ਝੜ ਕੇ ਆ ਗਈ ਬਿਨਾਂ ਗੱਲ ਤੋਂ ਦੇਖ ਲੈ ਹੁਣ ਜੀ ਮੈਂ ਤਾਂ ਸਾਰਿਆਂ ਨੂੰ ਕਹਿਨੀ ਆ ਕੋਈ ਮੇਰੀ ਸੋਹਣੇ ਤਾਂ ਹੀ ਉਹਨੂੰ ਵੀ ਮੈਂ ਬਹੁਤ ਸਮਝਾਉਣੀ ਆ ਪਰ ਸਮਝਦਾ ਹੀ ਨਹੀਂ ਮੈਂ ਕੀ ਕਰਾਂ ਨਾਲੇ ਮੈਂ ਤਾਂ ਔਰੇ ਥੋੜਾ ਪਤਾ ਲੈਣ ਆਈ ਸੀਗੀ ਤੁਸੀਂ ਤੋਂ ਹੀ ਬੋਲਣ ਲੱਗ ਗਏ ਮੈਨੂੰ ਦੇਖ ਲੈ ਮਗਰ ਨਲੇ ਚੋਰ ਨੈ ਚਤਰਾਈ ਫੇਰ ਤੂੰ ਕਹਿ ਦੇ ਨਾ ਮੇਰੀ ਮਾਂ ਮਾੜੀ ਐ ਦੇਖ ਲੈ ਕਿਵੇਂ जख्मਾਂ ਤੇ ਨੂਨ ਭੁੱਕਣ ਆਈ ਐ ਪਤਾ ਕਾ ਨੂੰ ਲੈਣੀ ਐ ਤੇਰਾ ਸਵਾਦ ਲੈਂਦੀ ਐ ਗੱਲਾਂ ਸੁਣ ਸੁਣ ਕੇ ਵੀ ਹਾਂ ਚੰਗੀਆਂ ਲਾਈਆਂ ਇਹਦੇ ਬੁੜੇ ਨੇ ਅੰਦਰੋਂ ਖੁਸ਼ ਹੁੰਦੀ ਐ ਇਹ ਤੂੰ ਭੱਗ ਜਾ ਅੰਦਰ ਐਵੇਂ ਮੇ ਤੋਂ ਤਨੇਸੜੀ ਲੇਂਗੀ ਭੱਗ ਜਾ ਭੱਗ ਜਾ ਤੂੰ ਕਿਉਂ ਦੇਖ ਲਈ ਕਿੰਨੇ ਕਿ ਤੇਰੀ ਹਮਦਰਦਣਾ ਇਹ ਓ ਬੇਬੇ ਹੁਣ ਤੂੰ ਚੁੱਪ ਕਰ ਜਾ ਹੁਣ ਤੂੰ ਨਾ ਬੋਲੀ ਕੁਸ ਮਾਦਾ ਪਹਿਲੀ ਬਹੁਤ ਦੁਖੀ ਆ ਮੇਰਾ ਤਾਂ ਹੱਟ-ਹੱਟ ਦੁਖਣ ਲੱਗਿਆ ਮੈ ਤਾਂ ਬੋਲਿਆ ਵੀ ਨਹੀਂ ਆਂਦਾ ਮੇਰੇ ਤੋਂ ਤਾਂ ਹੁਣ ਵੇ ਸਾਰੇ ਸੁਖੀ ਹੋ ਹਨਾ ਕਲੀ ਬੇਬੇ ਦੁਖੀ ਐ ਬੇਬੇ ਮੈਂ ਤੈਨੂੰ ਕੀ ਕਹਤਾ ਮੈਂ ਤੈਨੂੰ ਕੱਲ ਦੁਖੀ ਕਰਨਾ ਦੱਸ ਪਹਿਲਾਂ ਗੱਲ ਗੱਲ ਤੇ ਕਹੇ ਨੇ ਬੇਬੇ ਦੁਖੀਆ ਬੇਬੇ ਦੁਖੀਆ ਐ ਤਾਂ ਮੈਂ ਕਹਿ ਦੂੰਗਾ ਮੱਗਰ ਦੁਖੀਆ ਮੈਨੂੰ ਰੋਜ਼ ਕੁੱਟਦੇ ਨੇ ਬਿਨਾਂ ਗੱਲ ਤੋਂ ਮੈਂ ਕਿੱਥੇ ਜਾਵਾਂ ਮੈਨੂੰ ਥੋੜੇ ਬੋੜੇ ਨਾਲ ਕੱਟਦੀਆਂ ਇਹੋ ਜਿਹਾ ਕੰਜਰ ਕਲੇਸ਼ ਚ ਰੋਜ਼ ਹੈ ਆ ਦੂਜਾ ਕਰਦੀਆਂ ਤੇਰੀ ਤੀਵੀਂ ਨਾਲ ਬੇ ਤੈਨੂੰ ਤਾਂ ਹੀ ਤਾਂ ਕਹਿੰਨੀ ਆ ਕਿ ਤੈਨੂੰ ਕਿਹੜਾ ਤੀਂਆਂ ਦਾ ਘਟਾ ਹੈ ਕਿਉਂ ਨਹੀਂ ਗੱਲ ਸੁਣਦਾ ਓ ਬੇਬੇ ਮੇਰਾ ਪਹਿਲਾ ਮਸਾ ਹੋਇਆ ਮੇਰਾ ਲੰਘ ਲੈਣ ਦੇ ਜਿਵੇਂ ਟਾਈਮ ਲੰਘਦਾ ਮੈਂ ਠੀਕ ਆ ਪੱਠੀ ਚ ਪਾਏ ਪਰ ਮਰ ਜਦਰ ਮਰਦਾ ਹੈ ਹੈ ਗਲਤਾ ਮੇਰੀ ਤੂੰ ਮੰਨਦਾ ਨਹੀਂ ਨਾ ਪਹਿਲਾਂ ਮੰਨੀ ਮੈਂ ਤੈਨ ਓ ਬੇਬੇ ਮੰਨ ਲਿਆ ਕਰ ਗੱਲ ਤੂੰ ਤਾਂ ਕਹਿੰਦੀ ਆ ਦੂਜਾ ਵਿਆਹ ਕਰਵਾ ਲਾ ਅਗਲਾ ਮੇਰੇ ਤੇ ਦਾਜ ਦਾ ਪਰਚਾ ਕਰੂ ਨਾਲੇ ਤੂੰ ਅੰਦਰ ਜਾਏਂਗੀ ਨਾਲੇ ਜਾਊਂਗਾ ਮੈਂ ਅੰਦਰ ਫਿਰ ਖਾਣੀਆਂ ਪਹਿਣਗੀਆਂ ਜੇਲ੍ਹ ਦੀਆਂ ਰੋਟੀਆਂ ਜੇ ਕਰਮਾ ਚ ਹੋਈਆਂ ਤਾਂ ਖਾਣੀਆਂ ਪਹਿਣਗੀਆਂ ਤੂੰ ਕਰਮਾ ਤੇ ਗੱਲ ਸਿੱੜ ਦੇ ਜੇ ਕਰਮਾ ਚ ਹੋਇਆ ਤਾਂ ਤੇਰਾ ਵਿਆਹ ਵੀ ਹੋ ਜਾਊਗਾ ਉਹੀ ਕਿਉਂ ਭੜਕਦਾ ਹੁਣ ਸਾਰਾ ਮੀਮਾ ਤੂੰ ਭਗਦਾ ਕੋਈ ਕੰਮ ਕਰ ਲੈ ਮੈਨੂੰ ਨਾਂ ਤਪਾ ਮੈਂ ਤਾਂ ਪਹਿਲੀ ਤਪਿਆ ਪਿਆ ਬਹੁਤ ਹੁਣ ਮੈਂ ਤਾਂ ਬਾੜੇ ਚ ਜਾਂਦੀਆਂ ਬੇਕਰ ਲੱਗੇ ਹੋਏ ਤੁਸੀਂ ਮੈਨੂੰ ਬਾੜੇ ਦਾ ਜਾ ਕੇ ਆਉਂਦੀਆਂ ਪਾਠੀਆਂ ਥਲ ਰਾ ਪਾਠੀਆਂ ਚ ਪੂਣ ਵੜ ਗਏ ਹੋਣ ਮੈਂ ਨੂੰ ਨਾ ਤੁਸੀਂ ਟੇਕਣ ਦਿਓ ਤਪਾਲ ਹੀ ਮਾਰੀ ਜਾੜਾ ਵਾਲਿਆਂ ਨੇ ਬੇਮਗੇ ਹਉ ਲਾ ਪੀਲਾ ਚਾ ਉਹ ਪੀਣਾ ਹੋਰੇ ਕੀ ਦੇਖਦਾ ਓਏ ਮੇਰੇ ਬਾਪ ਨੇ ਦੇਖੀ ਉਹਨੂੰ ਛੱਜੂ ਨੂੰ ਹਕਾਤਾ ਸੁਪਰਸੀਡਰ ਮੈਨੂੰ ਤਾਂ ਮੱਕੀ ਬੀਜੀ ਹੋਈ ਆ ਦੇਖਾ ਦਾਣੇ ਪਏ ਨੇ ਉਹਨੂੰ ਕਿਹੜਾ ਖਿਆਲ ਆ ਭਾਈ ਸੰਦਾਂ ਦਾ ਹੈ ਹੋਰ ਕੈਨੀ ਕੈਨੀ ਮਿੱਟੀ ਝਾੜ ਰખી ਆ ਵੀ ਤੂੰ ਨੇ ਝਾੜ ਕੇ ਪੁੰਜ ਕੇ ਸਮਾਰ ਕੇ ਉਹ ਤਾਂ ਕਰ ਦੇ ਖੜਾ ਦੀ ਮਸ਼ੀਨ ਹੋਰ ਮੈਂ ਤਾਂ ਟੋਕੇ ਅੰਦਰ ਲਾ ਕੇ ਗਿਆ ਸੀ ਉਹਨਾਂ ਨੇ ਸੋਚ ਹੈਗੀ ਮੰਗੇ ਉਹਨੂੰ ਕੀ ਸੋਚ ਆ ਇਹ ਤਾਂ ਆਪਾਂ ਨੂੰ ਸੋਚਾ ਪੁੱਤ ਹੋਰ ਬੀਬੀ ਹੋਰ ਲੱਭ ਕੇ ਪੀ ਲੈਣਾ ਚਾਹ ਕੁੜੀ ਖੜਾ ਖੜਾ ਪੀਣੀ ਚਾਹ ਕੋਈ ਨਾ ਦੋ ਕੁੱਟਾ ਹੀ ਪਰ ਲੈਨੇ ਆ ਲਾ ਮੈਂ ਵੀ ਪੀ ਲੈਨੀ ਆ ਚਾਹ ਹਾਂ ਮੰਗੇ ਠੀਕ ਹੈ ਚਾਹ ਪੁੱਤ ਡੰਗਰਾ ਡੰਗਰਾ ਕਣੀ ਦੇਖ ਕੋਈ ਨਾ ਕਰਦਾ ਮੈਂ ਡੰਗਰਾ ਹੋਰ ਦੇਖ ਪਤੂ ਹੀ ਲੱਗਦਾ ਨਾਲੇ ਤਾਂ ਧੁੱਪ ਹੋ ਰੇ ਨਮਾ ਨੂੰ ਦੇਈ ਉਹਨਾਂ ਨੂੰ ਕੋਈ ਨਾ ਸਾਰਾ ਕੀ ਕਰੂੰਗਾ ਹੁਣ ਹੋਰ ਮੈਂ ਵੀ ਆਉਣੀ ਆ ਮਨ ਕਰੇ ਕਿਹੜਾ ਮੰਗਰ ਤੇਰੇ ਬਾਪ ਨੇ ਦੇਖਿਆ ਹੋਊਗਾ ਕਿਸੇ ਦੇ ਸਰਤੇ ਛੱਡ ਗਿਆ ਮਨ ਕਰੇ ਮੈਂ ਸਾਂ ਚਿਚੜੀਆਂ ਨੇ ਖਾਰਖੀਆਂ ਹੁਣ ਵਿਚਾਰੀਆਂ ਕੋਈ ਨਾ ਮੈਂ ਆਪੇ ਦਵਾਈ ਦੁਵਾਈ ਲਾ ਦੂੰਗਾ ਹੋਰ ਚੰਗੀ ਤਰ੍ਹਾਂ ਨਮਾ ਨਹੀਂ ਚੰਗਾ ਤੂੰ ਪੰਡੇ ਠੀਕ ਕਰਦਾ ਕਰ ਲੈ ਅੰਦਰ ਹੋਰ ਇਹ ਮਿੱਠਾ ਕੱਟ ਨਹੀਂ ਲੱਗਦਾ ਮਿੰਟ ਕੱਟ ਲੱਗਦਾ ਕੁਛ ਨਹੀਂ ਹੁੰਦਾ ਬੀਬੀ ਚਾਹ ਬਣਾਉਣੀ ਵੀ ਭੁੱਲ ਗਈ ਮੈਂ ਤਾਂ ਆਹੋ ਤੂੰ ਤਾਂ 베ਲੀ ਗਿਜਗੀ ਆਹੋ ਹੋਰ 베ਲੀ ਗਿਜਗੀ ਕਹਿੰਦਾ ਨਾ ਜਾ ਬੈਠੇ ਜਾ ਆਇਆ ਰੂਪ ਸੇ ਆ ਜਾ ਭਾਈ ਆ ਜਾ ਚਲੋ ਇਧਰ ਨਾ ਆਇਆ ਜਾ ਕੇ ਉਧਰ ਆਹੋ ਜੀ ਚਲ ਇਧਰ ਨਾ ਜਬੜ ਜੀ ਕਿਤੇ ਦੂਏ ਜਾ ਆਪਣੇ ਪਾਣੀ ਪਾਇਆ ਪਿਆ ਹਾਂ ਆਹੋ ਬਾਪੂ ਜੀ ਹਾਂ ਭਾਬੀ ਕਿੱਥੇ ਆ ਨਾ ਰਸੋਈ ਜਾ ਨਾ ਦੋਹੇ ਕਮਰਿਆਂ ਚ ਆ ਗਈ ਮੈਂ ਕਦਾਂ ਲੱਗੀ ਕੁੜੀਏ ਤੇਰੀ ਜਾਨ ਨੂੰ ਮੈਨਾਂ ਰੋਇਆ ਵੀ ਤੂੰ ਨੂ ਗਰਾਖੀ ਰੱਖਿਆ ਕਰ ਪਤਾ ਨਹੀਂ ਤੂੰ ਕਿਉਂ ਇੰਨੀ ਅਲਰਜੀ ਕਰ ਜਨੇਂ ਬਾਬੂ ਜੀ ਭੱਜ ਗਈ ਬਾਈ ਭਾਪੀ ਤਾਂ ਕਹਿੰਦੀ ਤਾਂ ਹੈਗੀ ਈ ਭੱਜ ਗਈ ਹੁਣ ਕੀ ਕਰੇਗੀ ਕਿਵੇਂ ਮੂੰਹ ਦਿਖਾਵਾਂਗੇ ਲੋਕਾਂ ਨੂੰ ਮਾਤ ਨੂੰ ਕੱਢ ਲੈ ਬਾਹਰੋਂ ਬਾਪੂ ਮਾਤ ਨੂੰ ਨਾ ਤਾਂ ਲੈਣ ਦੇ ਨਾ ਲੂ ਫਿਰ ਉਹ ਮੱਗਰ ਨੂੰ ਪੁੱਛ ਲੈ ਆਪਾਂ ਕਿਤੇ ਵੀ ਨਹੀਂ ਹੈਗੀ ਸਾਰੇ ਘਰ ਚ ਦੇਖ ਲਈ ਪੁੱਛ ਲਾ ਜਾ ਪਹਿਲੀ ਕਿਉਂ ਉਹ ਕਰੀ ਜੇ ਨਹੀਂ ਤੂੰ ਮੱਗਰ ਵੀਰੇ ਮੱਗਰ ਵੀਰੇ ਓ ਮੁੰਡਿਆ ਓ ਮੁੰਡਿਆ ਖੜਾ ਹੋ ਜਾ ਓਏ ਵੀਰੇ ਕਪਾਉਣ ਵੀ ਦਿੰਦੇ ਹੁਣ ਸੌ ਜਾਂਦਾ ਮੈਨੂੰ ਮੇਰੇ ਹੱਡ ਦੁਖਣ ਲੱਗ ਰਹੇ ਨੇ ਕੰਜਰਾ ਸੌਣ ਦਾ ਵਧੀਆ ਟਾਈਮ ਆ ਇਹ ਆ ਦੱਸ ਪਹਿਲਾਂ ਮੈਨੂੰ ਭਾਬੀ ਕਿੱਥੇ ਆ ਭਾਬੀ ਤਾਂ ਮੈਨੂੰ ਕੀ ਪਤਾ ਅੰਦਰ ਹੀ ਹੋਣੀ ਭਾਬੀ ਹੋਰ ਕਿੱਥੇ ਆ ਉਹ ਤੂੰ ਫਿੱਟੇ ਮੂੰ ਤੂੰ ਸਾਲਾ ਉਹੀ ਨਾਕਾ ਲਾਈ ਬੈਠਾ ਓਰੇ ਬਾਅਦ ਚ ਪਹਿਲਾਂ ਦੱਸ ਮੈਨੂੰ ਹਾਂ ਮੈਂ ਥੋੜਾ ਚੌਂਕੀਦਾਰ ਰੱਖਿਆ ਹੋਇਆ ਲੈ ਵੇ ਦੇਖ ਲੈ ਦੇਖ ਪੁੱਟਾਈ ਬੋਲਦਾਗਾ ਪੁੱਟਾ ਮੈਂ ਹੁਣ ਮੈਨੂੰ ਕੀ ਪਤਾ ਕਿ ਕਿਲਾ ਵਾਂਗੂ ਲੱਗ ਰਿਹਾ ਮੂਹੇ ਮੇਰੇ ਬੋਲਣਾ ਤੂੰਰੇ ਨਹੀਂ ਬੋਲਣ ਲੱਗ ਰਿਹਾ ਮੇਰੇ ਸੁਪਨਾ ਮੈਨੂੰ ਪੁੱਜੀ ਦੇਖੀ ਹਾਲੀ ਮਾਰੋ ਕਿਉਂ ਬਚਾਈ ਮੈਂ ਤਾਂ ਚੌਂਕੀ ਜਾ ਹੁਣ ਛੋੜਦੇ ਪਰਚਾ ਗਾਉ ਦੋਨਾਂ ਤੇ ਮੇਰਾ ਕਰ ਦੋ ਕੁੱਟੜ ਬਹਿ ਜਾਂਦੇ ਨੇ ਮੈਨੂੰ ਨਾਲੇ ਕਹੂਗਾ ਮੇਰੇ ਘਰ ਵਾਲੀ ਭਜਾਦੀ ਛੋੜਦੇ ਦਾਜ ਦਾ ਕਰਾਂ ਪਰਚਾ ਵੀ ਹੁਣ ਲੈ ਦੇਖ ਲੈ ਨੰਮੀਆਂ ਤੋਂ ਨੰਮੀਆਂ ਗੱਲਾਂ ਛੇੜਦਾ ਚੌਂਕੀ ਜਾਵੇਂਗਾ ਤੂੰ ਮੈਂ ਜਾਊਂਗਾ ਹੁਣ ਆਈ ਮੈਂ ਛੱਡ ਕੇ ਚੌਂਕੀ ਹੋ ਖੜਾ ਜਾਊਂਗਾ ਚਲ ਆ ਜਾ ਕਿੱਥੇ ਚੌਕੀ ਚੱਲੂ ਤੈਨੂੰ ਕਿੱਥੇ ਚੌਕੀ ਆ ਜਾ ਬਗਿਆ ਮੈਂ ਮੈਂ ਆ ਮੈਂ ਤਾਂ ਕੱਲਾ ਥੋੜੀ ਮੰਨ ਮੈਂ ਨਾਲ ਛੱਡ ਕਿਉਂਗਾ ਵੀ ਇਹਨੂੰ ਸਾਮੋ ਆ ਜਾ ਪੰਚਾਇਤ ਲੈ ਕੇ ਜਾਊਗਾ ਮੈਂ ਤਾਂ ਖੜਾ ਹੋ ਜਾ ਮੇਰੇ ਬਾਪੂ ਮੈਂ ਪੰਚਾਇਤਾਂ ਜਾਊਗਾ ਆਥਣੇ ਮਹਾ ਅਜ ਚੱਲ ਆਥਣੇ ਜਾਊਂਗਾ ਪੰਚਾਇਤਿਆ ਯਾ ਜਾਦੇ ਚਾਹ ਸਾਲੋ ਥਨੂੰ ਤੇਰੀ ਮਾਂ ਕਹਿੰਦੀ ਹੈ ਕਿਤੇ ਚੌਕੀ ਜਾਉ ਕਦੇ ਤੂੰ ਕਹਿਣਾ ਮੈਂ ਚੌਕੀ ਜੂ ਹੈ ਬਾਬੀ ਦੀ ਗੱਲ ਕਰ ਲੋ ਹਾਂ ਜਿਹੜੀ ਗੱਲ ਆ ਉਹ ਤਾਂ ਕਰਦਾ ਨਹੀਂ ਹੈਗਾ ਦੇਖ ਲਾ ਤੁਸੀਂ ਕੁੱਟੀ ਹੋਣੀ ਮੇਰੇ ਘਰ ਵਾਲੀ ਤੁਸੀਂ ਭਜਾਈ ਆ ਲੈ ਓਏ ਦੇਖ ਲਾ ਉਲਟਾ ਸਾਨੂੰ ਇਹ ਲੱਗ ਰਿਹਾ ਕਹਿਣਾ ਹੈ ਨਾ ਸੋ ਪਹਿਲਾਂ ਉਹ ਕੰਜਰਾ ਗੌਰ ਕਰ ਲਾ ਉਹ ਕਿੱਥੇ ਆ ਪੱਟੇ ਜਾਵਾਂਗੇ ਸਾਰਾ ਪਿੰਡ ਥੂ ਥੂ ਕਰੂਗਾ ਤੈਨੂੰ ਆ ਦੱਸ ਮੈਨੂੰ ਅਕਲ ਹੱਥ ਮਾਰ ਮਣੀ ਮੇਰੇ ਕੋਟ ਦਾ ਕਾਤੋਂ ਆ ਫੇ ਕੁੱਟਾਂ ਦਾ ਤੈਨੂੰ ਤੂੰ ਕਹ ਦੇ ਵੀ ਮੈਂ ਤਾਂ ਦੇਖੀ ਨਹੀਂ ਜੇ ਕਿੱਥੇ ਆ ਨਾ ਤੂੰ ਤਾਂ ਹੋਰੇ ਬੇੜੇ ਚ ਪਿਆ ਭਾਈ ਤੂੰ ਧਿਆਨ ਦਾ ਰੱਖ ਸਕਦਾ ਮਾੜਾ ਮੋਟਾ ਹਾਂ ਕਾਨੂੰ ਕਿਆ ਰੱਖਦਾ ਇਹ ਕੋਈ ਆਥਣੇ ਜਾਊਂ ਜੋ ਕਿ ਤੇ ਮੈਂ ਤਾਂ ਹਾਂ ਹੁਣ ਆਥਣੇ ਜਾਊਗਾ ਹੁਣ ਉਹ ਤੂੰ ਗੌਰ ਕਰ ਲਾ ਵਾੜਾ ਮੋਟਾ ਇਧਰ ਕਮਾਣੀ ਮੈਨੂੰ ਨਹੀਂ ਪਤਾ ਕਿੱਥੇ ਆਪ ਦੇ ਕੋ ਨੇ ਭਾੜੋ ਨਾ ਭਾੜੋ ਹੁਣ ਚੌਂਕੀ ਆਥਣੇ ਜਾਊਂਗਾ ਪੰਚਾਇਤ ਲੈ ਕੇ ਵੀ ਮੈਨੂੰ ਕੋਟ ਦਾ ਸਾਰਾ ਡੱਬਰ ਰਲ ਕੇ ਨਾਰੇ ਮੇਰੇ ਘਰ ਵਾਲੀ ਪਜਾਤੀ ਕਰੂੰਗਾ ਹਾਏ ਰੱਬਾ ਬੜਾ ਮਾਰੇ ਬਾਪੂ ਜੀ ਹੁਣ ਕੀ ਕਰੀਏ ਆਪਾਂ ਉਹ ਪੁੱਤ ਕਰਨਾ ਕੀਆ ਆ ਮੱਗਰ ਦੇ ਮੈਨੂੰ ਚਾਰਕ ਹੋਰ ਲਾਉਣ ਦੇ ਫੇਰ ਦੱਸੂ ਇਹ ਹਣਾ ਦੱਸੂਆ ਕਿੱਥੇ ਗਈ ਦੱਸ ਦੇ ਨਹੀਂ ਹੋਰ ਲਾਉ ਮੈਂ ਤੇਰੇ ਆਦੇ ਬੋਲ ਬਾਂ ਮੂੰਜੂ ਨਾ ਐ ਮੇਰੇ ਕਿਉ ਲਾਏਗਾ ਮੇਰੀ ਕਿੜਾ ਜੇਬ ਚ ਨਾਲੇ ਰਹੀ ਗੱਲ ਭਈ ਜਾਣ ਜੂਣ ਦੀ ਮੈਂ ਉਰੇ ਪਿਆ ਦੀ ਬਿੜਕ ਮੈਨੂੰ ਹੈਗੀ ਤੀ ਬਾਰ ਬੂਰ ਮੈਨੇ ਕੋਈ ਖੜਕਿਆ ਸੁਣਿਆ ਨਹੀਂ ਹੈਗਾ ਮੇਰੀ ਬੇਬੇ ਦਾ ਮੈਨੂੰ ਜਰੂਰ ਪਤਾ ਉਹ ਬਾੜੇ ਚ ਉਹਨੂੰ ਲਿਓ ਜਾ ਕੇ ਨਹੀਂ ਕੁੜੀਏ ਦੇਖੀ ਉਹ ਫਿਰਦੀ ਆ ਬੇ ਲਖਣੀ ਕੋਠੇ ਤੇ ਆ ਉਹ ਦੇਖ ਲੈ ਮੇਰੀ ਨਿਗਾਹ ਪਈ ਐ ਉਹ ਚੱਲ ਦੇਖ ਖੜੀ ਹੋ ਕੇ ਉਹਨੂੰ ਉਹ ਦੇਖ ਲੈ ਮੈਨੂੰ ਕੋ ਕੋ ਟੱਪ ਬਿਆ ਗੱਲ ਤੋਂ ਇਨਾ ਉਹ ਤੂੰ ਘੌਰਤਾ ਰੱਖ ਸਕਦਾ ਫਿਰ ਮੈਨੂੰ ਕਿਉਂ ਕੁੱਟ ਹਾਂ ਚੁੱਪ ਕਰ ਜਾ ਬਹਿ ਜਾ ਤੂੰ ਜਾਣਦੇ ਕੋਈ ਨਹੀਂ ਸਾਰੇ ਟੱਬਰ ਨੂੰ ਪਚਕਵਾਉਂ ਸਾਰੇ ਨੂੰ ਚਕਾਉਂ ਹਾਂ ਬਿਨਾਂ ਦਾ ਤਾਂ ਜਿਹੜਾ ਆਉਂਦਾ ਢੋਲ ਮੰ ਕੁੱਟਣ ਵੈਨਦਾ ਬਿਨਾਂ ਕਲ ਦੀ ਕੁੱਟਣ ਵੈਨਦੇ ਮੈਨੂੰ ਲੈ ਥੱਲੇ ਲਾ ਕੇ ਗੋਲਾ ਕਰਕੇ ਬੋਲਾ ਨਹੀਂ ਕਰਕੇ ਸਾਰੇ ਟੱਬਰ ਨੇ ਮੈਂ ਤਾਂ ਆ ਖੜੀ ਹੈਗੀ ਲੈ ਤੁਸੀਂ ਤੁਸੀਂ ਕੋਠੇ ਤੇ ਕੀ ਕਰਨ ਆਏ ਹੋ ਅਸੀਂ ਸਾਰਾ ਘਰ ਫਰੋਲਦਾ ਵੀ ਭਾਬੀ ਪਤਾ ਨਹੀਂ ਕਿੱਥੇ ਵਗ ਗਈ ਮੈਂ ਕਿੱਥੇ ਜਾਣਾ ਨੀ ਬੋਲ ਏ ਤੂੰ ਰਿਕੀ ਕਰਦੀ ਧੁੱਪ ਚ ਖੜੀ ਪਹਿਲਾਂ ਮੈਨੂੰ ਐਂ ਦੱਸ ਬਾਪੂ ਜੀ ਮੈਨੂੰ ਤਾਂ ਮੰਮੀ ਉਹਨਾਂ ਦੀ ਟੈਨਸ਼ਨ ਹੋ ਜਾਂਦੀ ਆ ਦੇਖੀ ਆ ਮੱਗਰ ਤਾਂ ਆ ਗਿਆ ਪਰ ਉਹਨਾਂ ਦਾ ਨਹੀਂ ਪਤਾ ਕਿੱਥੇ ਆ ਉਹ ਬਾਪੂ ਜੀ ਆਪਾਂ ਪੁੱਛਦੇ ਆ ਮੱਗਰ ਨੂੰ ਹੋਰ ਆ ਜਾ ਚੱਲੀਏ ਥੱਲੇ ਆ ਜਾ ਅੰਦਰ ਆ ਜਾ ਥੱਲੇ ਮੱਗਰ ਨੂੰ ਪੁੱਛਣੇ ਆ ਜਾ ਕਿਉਂ ਐਮੀ ਤੂੰ ਸਾਡੀ ਖਾਮਖਾਈ ਬੇਇੱਜ਼ਤੀ ਕਰਾਈਏ ਕੀ ਕਹਿਣਗੇ ਲੋਕਾਂ ਲੱਗਾ ਮੈਂ ਤਾਂ ਬਾਪੂ ਜੀ ਤਾਂ ਆ ਗਈ ਸੀ ਮੈਂ ਕਿਹਾ ਥੱਲੇ ਤੁਸੀਂ ਮੇਰਾ ਮੂੰਹ ਦੇਖਦੇ ਐਵੇਂ ਤੁਹਾਨੂੰ ਵੀ ਬੁਰਾ ਲੱਗਦਾ ਉਹ ਕੋਠੇ ਵੀ ਫਿਰਦੀ ਆ ਬਾਪੂ ਜੀ ਆਲੇ-ਦਾਲੇ ਕੋਈ ਦੀਂਦਾ ਕੋਠੇ ਦੇ ਕੱਲੀ ਫਿਰਦੀ ਆ ਚੜੀ ਕੋਠੇ ਤੇ ਦੱਸ ਆ ਜਾ ਪਾਪੀ ਆ ਜਾ ਮੈਂ ਪੁੱਛਦੀ ਹਾਂ ਵੀਰੇ ਨੂੰ ਚਲ ਮੈਂ ਮੰਗੇ ਹਾਂ ਬਿਤਰ ਦੇਵੇ ਟੋਕਰ ਪਰ ਮੇਰੀ ਗੱਲ ਕੀ ਹੋ ਗਿਆ ਤੈਨੂੰ ਗੱਲ ਕੀ ਹੋਣੀ ਦੀ ਮੈਂ ਵੀ ਬਹਿ ਜਾ ਮੜਾ ਜਾ ਉਰੇ ਜੀ ਬਹਿ ਜਾ ਹੁਣ ਮੈਂ ਤਾਂ ਬੈਠੇ ਗਿਆ ਹੋਰ ਮਾਉਂ ਦਾ ਤੇਰੀ ਮਾੜੀ ਮੋਟੀ ਦਾ ਕੋਈ ਗੱਲ ਨਹੀਂ ਹੁੰਦੀ ਮੰਗੇ ਹਾਂ ਮੈਂ ਭਾਈ ਦੇਖੀ ਮੈਨੂੰ ਤਾਂ ਕੁੜੀ ਦੀ ਫਿਕਰ ਜੀ ਨਾ ਕਰੀਏ ਪਰ ਮੈਂ ਕੀ ਕਰਾਂ ਜੇ ਫਿਕਰ ਲੱਗ ਰਹੀ ਹੈ ਤੈਨੂੰ ਕੁੜੀ ਆਪ ਦੇ ਘਰੇ ਆ ਵਿਆਹ ਦੇ ਕਰਨ ਤਾਂ ਹੈਗੀ ਆ ਇੱਕ ਉਹ ਤੇਰਾ ਬਾਪ ਕੰਜਰ ਨੇ ਜਮੀਂ ਸ਼ਰਮ ਲਾ ਲਈ ਚੋਰੇ ਨੇ ਉਹਨੇ ਜਮੀਂ ਲਾ ਲਈ ਕਿਉਂ ਤਾਂ ਇਹ ਨਹੀਂ ਲਾਹੀ ਤੀ ਬੇ ਮੈਂ ਤਾਂ ਕੁੜੀਆਂ ਕੋਲੇ ਮਾਮਾ ਤਾਂ ਜਾਂਦੀਆਂ ਹੁੰਦੇ ਨੇ ਭਾਈ ਉਹ ਸੋਹਣਾ ਲੱਗਦਾ ਤੇ ਬੈਠ ਕੇ ਬੈਠ ਕੇ ਕਾਲੀ ਐਨਕਾ ਲਾ ਕੇ ਚਸ਼ਮੇ ਉੱਥੇ ਲਾ ਦੇ ਫਿਰ ਮਾਪੇ ਵੀ ਜਾਣਾ ਹੁੰਦਾ ਥੀਆਂ ਨੇ ਕਰੇ ਫਿਰ ਕੀ ਹੋ ਗਿਆ ਤੂੰ ਨਹੀਂ ਬੈਠੀ ਰਹਿੰਦੀ ਸੀ ਮੰਗੇ ਹਾਂ ਕਿੰਨੇ ਕੁ ਦਿਨ ਰਹੂਗਾ ਤੇ ਤੇਰਾ ਪਾਪਾ ਓਏ ਆ ਜਾਊਗਾ ਆਪੇ ਉਹਨੇ ਦੱਸ ਕੀ ਕਰਨਾ ਆਪਾਂ ਐ ਕਰਦੇ ਹਾਂ ਹਾਂ ਮਹਾ ਜੇ ਕੱਲ ਨੂੰ ਆਪਾਂ ਜਾਇਆ ਇਹ ਲੈ ਆਵਾਂਗੇ ਤੇਰੇ ਬਾਪ ਨੂੰ ਉੱਥੇ ਹੀ ਰਹਿ ਜਾਂਦੀ ਤੂੰ ਕਾਹਨੂੰ ਜਾਣਾ ਸੀ ਹੈਂ ਮੇਰਾ ਦਿਲ ਖਾਤੀ ਜਾਂਦਾ ਮੈਂ ਉਹ ਦਿਨ ਨੂੰ ਕਹਦੀ ਵੀ ਕੁੜੀ ਨੂਰ ਇਹ ਰੱਖ ਲੈ ਉਹਨਾਂ ਤੋਂ ਨਿਮੇੜਾ ਕਰ ਲੈਂਦੇ ਵਧੀਆ 20 ਲੱਖ ਰੁਪਏ ਉਹਨਾਂ ਤੋਂ ਲੈ ਲੈਂਦੇ ਨਾਲ ਕਪਾਣ ਲੈਂਦਾ ਮੈਂ ਸੀਜ਼ਨ ਲਾਉਂਦਾ ਕੰਜਰ ਨੂੰ ਕਪਾਣ ਦੀ ਹੋਰੀ ਆ ਕੁੜੀ ਦੀ ਤਾਂ ਕੋਈ ਨਹੀਂ ਹੈਗੀ ਕਪਾਣ ਲੈਣਾ ਕਿ ਕੁੜੀ ਨੂੰ ਦਾ ਤੂੰ ਗਾਹਾਂ ਤੇ ਉਹਨੂੰ ਮੁੱਲ ਵਿੱਚ ਕਿਵੇਂਗਾ ਕੁੜੀ ਨੂੰ ਵਿਕ ਪੈਣ ਆ ਜੂਗੀ ਜਾਂ ਦੋ ਲੜੀ ਜਾਂਦੇ ਨੇ ਬੀਬੀ ਫਿਰ ਨਿਮੇੜਾ ਤਾਂ ਉਹਨਾਂ ਨਾਲ ਕਰਨੀ ਸੀ ਹੋਣ ਰੱਖ ਉਹਨੂੰ ਉੱਥੇ ਹੁਣ ਮੈਂ ਨਹੀਂ ਜਾਂਦਾ ਹੈਗਾ ਬਈ ਛੇਤੀ ਮੈਨੂੰ ਕਿਹੜਾ ਪਤਾ ਤੀ ਮੰਗੇ ਮੈਂ ਤਾਂ ਬੜਿਆ ਭਲੋ ਕੇ ਲੈ ਕੇ ਗਈ ਸੀ ਉੱਥੇ ਮਹੱਲੇ ਨਾਲੇ ਮੁੜਿਆਊਗੀ ਮੈਂ ਸਾਮਾਨ ਸੱਪਾ ਚੱਕ ਕੇ ਉੱਥੋਂ ਮੈਨੂੰ ਕਿਹੜਾ ਤੇ ਉਹਨਾਂ ਦੀ ਬਣ ਕੇ ਬੈਠੂਗੀ ਉਹ ਆਹੋ ਤੈਨ ਦੇਖਿਆ ਨਹੀਂ ਹੈਗਾ ਤੇਰੀ ਲਾਤ ਕਹੇ ਜੀ ਆ ਬੇ ਮੈਨੂੰ ਤਾਂ ਤੇਰਾ ਵੀ ਪਤਾ ਕੰਜਰੋ ਤੇ दारू ਪੀਣ ਬੈਠ ਗਿਆ ਮੈਂ ਉਸ ਘਟਤਾ ਉੱਥੇ ਮੇਰਾ ਮੇਰੇ ਗਹਿਲ ਪਈ ਜੇ ਅਗਰ ਵੀ दारू ਪੀਣ ਬੈਠ ਗਿਆ दारू ਪੀਣ ਲੱਗ ਗਿਆ ਭਾਈ ਪਰੋਣੇ ਨੇ दारू ਪੀਣ ਲੱਤਾ ਖੁੱਗੂ ਜੇ ਨੇ ਤੂੰ ਆਹੋ ਹਾਂ ਲੈ ਆਤੀ ਆਹੋ ਹੁਣ ਮਾੜੀ ਮੋਠੀ ਸੇਵਾ ਦਾ ਇਕਦਾ ਕਰਦਾ ਹੀ ਹੁੰਦਾ ਆ ਸੇਵਾ ਐਂ ਕਰਦੇ ਹੁੰਦੇ ਨੇ ਸੇਵਾ ਤੈਨੂੰ ਨਾ ਸ਼ਰਮ ਆਈ ਤੂੰ ਪੀਂਦੀ ਸੀ ਜਦ ਪੀ ਕੇ ਭੱਜ ਲਈ ਖੇਤ ਨੂੰ ਚੱਕ ਕੇ ਸਕੂਟਰੀ ਕੰਜਰ ਮੈਨੂੰ ਆ ਮੇਨੇ ਮਾਰਿਆ ਕਰੂਗਾ ਵੀ ਭੱਜ ਲਈ ਦਾਰੂ ਪੀ ਕੇ ਕੰਜਰਾ ਮੈਂ ਕੀ ਸੌਂਕ ਨੂੰ ਪੀਤੀ ਸੀ ਮੈਨੂੰ ਪਤਾ ਵੀ ਉਹਦੇ ਚ ਦਾਰੂ ਆ ਮਖਲਾ ਕਿਤੇ ਆਰੋ ਵਾਲਾ ਪਾਣੀ ਹੈਗਾ ਮਖਲਾ ਪੀ ਲੈਨੇ ਮੜਾ ਜਿਹਾ ਘੜਤਣ ਤੇ ਲੱਗਦਾ ਆ ਐਂ ਕਿਹੜਾ ਪਤਾ ਤੀਗਾ ਜਲੂਸ ਕਰਤਾ ਕੰਜਰਾ ਨੇ ਮੇਰਾ ਕਿਥੋਂ ਸਿਆਪਾ ਲੱਗੇ ਨੇ ਓਹੋ ਹਰੇ ਨਾਮ ਭਾਈ ਕੁੜੀ ਏਕ ਤਾਂ ਤੂੰ ਐਂ ਨਾ ਕਰਿਆ ਕਰ ਮੈਂ ਤੈਨੂੰ ਦੱਸਣ ਗੱਲਾਂ ਹਾਂ ਕੁਝ ਸੁਤੇ ਸਵੇਰ ਬੈਠੀ ਆ ਉੱਥੇ ਸਾਡੀ ਜਾਨ ਨੂੰ ਬਣੀ ਪਈ ਆ ਵੀ ਕੁੜੀ ਕਿੱਧਰ ਲਾਂਗੀ ਕਿੱਧਰ ਲਾਂਗੀ ਨਾ ਤੇਰੇ ਵਾਸਤੇ ਗਲ ਗਲਤਾ ਮੈਂ ਤੈਨੂੰ ਸਮਝਾ ਲਾ ਤੇਰਾ ਘਰ ਆ ਤੂੰ ਉਰੇ ਬੈਠ ਸਾ ਫਿਰ ਹੁਣ ਉਸ ਮਰਜੀ ਕਰ ਕੰਮ ਧੰਦਾ ਖਾ ਪੀ ਬਾਪੂ ਜੀ ਮਗਰ ਹੋ ਪਿਆਗਾ ਪੁੱਛੀ ਆ ਨਾ ਦੇਖੀ ਕਿਵੇਂ ਲੱਤਾਂ ਪਾਹ ਚੱਕੀ ਬੈਠਾ ਦੇਖ ਲੈ ਮੂਰਖਾ ਨਾ ਹੋਵੇ ਇਹ ਹਾਲੇ ਵੀ ਨਸ਼ਾ ਉਤਰਿਆ ਨਹੀਂ ਹੈਗਾ ਇਹਦਾ ਨਾਲੇ ਕਿੰਨੀਆਂ ਪੈ ਗਈਆਂ ਦੇਖ ਲੈ ਹਨਾ ਬਾਪੂ ਜੀ ਮੇਰੀ ਗੱਲ ਸੁਣ ਲਓ ਹੁਣ ਨਾ ਤੁਸੀਂ ਮਾਰਿਓ ਮੱਗਰ ਤੇ ਆਪਾਂ ਉਹ ਪੁੱਛਦੇ ਆਂ ਵੀ ਕਿੱਥੇ ਨੇ ਮਾਸੀ ਤੇ ਮੰਗਾ ਚਲੋ ਹਾਂ ਇਹ ਨਸ਼ਾ ਤੇਰਾ ਉਤਰਿਆ ਪਿਆ ਮੈਨੂੰ ਪਤਾ ਕਿਵੇਂ ਵੱਡੂ ਖਾਣ ਨੂੰ ਪੈਂਦਾ ਸੀ ਥੋੜੇ ਤੇ ਪਹਿਲਾਂ ਪਤਾ ਨਹੀਂ ਖਾਰਾ ਕੀ ਝੁਲਸਦਾ ਇਹ ਹਾਂ ਬਾਪੂ ਜੀ ਹਾਂ ਪਿਆਰ ਨਾਲ ਗੱਲ ਕੋਈ ਨਾ ਭਾਈ ਉਹ ਪੁੱਤ ਮੱਗਰ ਆ ਉਹ ਮੱਲਾ ਖੜਾ ਹੋ ਸ਼ੇਰ ਬਣ ਕੇ ਹਾਂ ਉਹ ਸ਼ੇਰਾ ਹੋਰ ਕਿਵੇਂ ਆ ਬਸ ਠੀਕ ਆ ਕੋਟਿਆ ਦੀ ਹੋਰ ਕੋਟਰੋ ਠੀਕ ਹੋ ਜੂਗਾ ਉਹ ਕੋਈ ਨਾ ਪੁੱਤ ਐ ਸਦੀ ਨਹੀਂ ਮੈਂ ਤੇ ਸਦੀ ਮਾੜੇ ਨਹੀਂ ਹੁੰਦੇ ਸਦੀ ਚੰਗੇ ਨਹੀਂ ਹੁੰਦੇ ਮੈਂ ਤੈਨੂੰ ਸਖਲ ਹੈਨਾ ਹੋਏ ਤਾਂ ਕਈ ਵਾਰੀ ਗੁੱਸਾ ਕਿਲਾ ਹੋਏਂਦਾ ਨਾਲੇ ਮਾਂ ਪਿਓ ਦਾ ਨਹੀਂ ਗੁੱਸਾ ਮੰਨਦੇ ਹੁੰਦੇ ਮੁਰਖਾ ਨਾਲੇ ਵੀਰੇ ਤਾਂ ਤੇਰੇ ਪਿਆਰ ਨਾਲ ਮਾਰਦੇ ਆ ਸੀ ਹਾਂ ਪਿਆਰ ਨਾਲ ਮੁੱਕੀਆਂ ਮਾਰਿਆ ਕਰਦੇ ਨੇ ਜੁੱਤੀਆਂ ਮਾਰਿਆ ਕਰਦੇ ਨੇ ਪਿਆਰ ਨਾਲ ਨਾਲੇ ਰੂਪ ਸਿਆਂ ਹਾਂਜੀ ਆ ਜਾ ਬੈਜ ਬੈ ਜਾ ਹਾਂ ਆਲੇ ਕੁੜ ਆ ਜਾ ਬੈਜ ਹੋਰ ਆ ਕਾਇਦ ਨੂੰ ਹੋ ਗਦੇ ਨਾ ਇਹਨੂੰ ਤੈਨੂੰ ਦੇਖ ਲੈ ਹੌਲਾ ਜਾਊਗਾ ਸਰੀਰ ਗਰਮੀ ਦੇ ਨਾਲੇ ਮਾਇਲ ਜਿੱਤਰ ਜਾਂਦੀ ਹੈ ਹਾਂ ਹੋਰ ਓਏ ਹਾਂ ਮੱਗਰ ਸਿਆਂ ਹਾਂ ਮੈਂ ਤੈਨੂੰ ਐਂ ਕਹਿਤੀ ਹਾਂ ਓਏ ਉਹਨੂੰ ਦੇਖ ਲੈ ਕਿੱਥੇ ਆ ਓਏ ਜੇ ਹੈਗੀ ਆਪਾਂ ਘਰੇ ਲਿਓ ਨਿਆ ਮੈਨੂੰ ਪਤਾ ਜੀ ਕਿੱਥੇ ਨੇ ਤਾਂ ਫੇ ਲਿਆ ਕਰੇ ਹੋਰ ਬੋਲ ਆ ਦੇਖੋ ਆ ਮੇਰੇ ਗਿੱਜੇ ਚ ਨੇ ਕੱਢ ਲੋ ਰੋਹੀ ਗੱਲਾਂ ਫੇਰ ਇਧਰ ਮੰਗਾ ਆਇ ਤੇ ਮਮੀ ਨੀ ਵੋਏ ਤੂੰ ਮੈਨੂੰ ਨਸਾ ਨਾ ਮੇਰੇ ਨਾਲ ਮਖੌਲ ਨਾ ਕਰ ਸਿਆਣੀਆਂ ਗੱਲਾਂ ਕਰ ਸਿਆਣੀਆਂ ਗੱਲਾਂ ਕਰ ਹੋਰ ਨਾਲ ਤਾਂ ਇਹ ਵਿਚਾਲਾ ਬੇੜਵੇਂ ਲੱਗੂਆ ਇਹ ਆੜੇ ਰੱਬ ਲੱਗਦੀ ਗੱਲ ਚੰਗੀ ਲੱਗਦੀ ਆ ਚੰਗੀ ਲੱਗਦੀ ਆ ਤੇਰੇ ਮੂੰਹੋਂ ਗੱਲਾਂ ਪਰਵਾਹ ਵਾਲੀਆਂ ਨਹੀਂ ਕੋਈ ਹੋਰ ਡੈਡੀ ਤੁਸੀਂ ਇਹ ਗੱਲਾਂ ਕਹਿ ਰਹੇ ਜਦੋਂ ਮੈਨੂੰ ਕੁੱਟਦਾ ਸੀ ਉਦੋਂ ਪਰਿਵਾਰ ਦੀਆਂ ਗੱਲਾਂ ਕਿੱਧਰ ਗਈਆਂ ਧੀਆਂ ਉਹ ਕੁੱਟ ਮਾਰਦਾ ਇਹ ਸ਼ੁਰੂ ਦੀ ਚੱਲਦੀ ਆਉਂਦੀ ਆ ਹਾਂ ਘਰੇ ਗਈ ਨੂੰ ਵੀ ਇੰਨਾ ਟਾਈਮ ਲੱਗ ਗਿਆ ਭਾਂਡੇ ਮਾਂਜ ਕੇ ਇੰਨੇ ਇਕੱਠੇ ਕਰੇ ਪਈ ਤੇ ਮੇਰੀ ਮਾਂ ਤਾਂ ਹੀ ਵੀ ਨਹੀਂ ਹੈਗਾ ਭਾਂਡੇ ਤਾਂ ਮਾਂਜਦਾ ਬਾਰਜਾ ਲੱਗਿਆ ਪੇ ਦੀਂਦੀਓ ਨਹੀਂ ਕਿਤੇ ਕੀ ਦਰਨਾਂ ਕੀ ਉਹ ਬੈਠੀ ਲਾ ਬਾੜੇ ਚ ਨੂੰ ਪੁੱਛਣਾ ਹੋਵੇ ਤੂਰੇ ਕੀ ਕਰਦੀ ਹੁੰਦਾ ਸੁਖਾਰਾਂ ਚ ਦੇਖਾਂ ਜਾ ਕੇ ਇਹ ਵੀ ਨਹੀਂ ਟਿਕਦੀ ਹੈਗੀ ਘਰੇ ਲਾ ਲਿਆ ਮੈਂ ਤਾਂ ਵੀ ਸਾਬ ਵੀ ਤੂੰ ਭੈਜਾ ਨਿਚਲੀ ਕਰੇ ਕਾਲੀ ਰਹਿੰਦੀ ਹੈ ਬਾਹਰ ਨਿਕਲ ਨਹੀਂ ਸਾਰਾ ਦਿਨ ਭੱਜਣ ਦੀ ਜਾ ਕੇ ਦੇਖਾਂ ਕੀ ਕਰਦੀ ਆ ਉੱਥੇ ਕੀ ਦੇ ਨਹੀਂ ਇੱਥੇ ਕੜਾ ਵੱਜੇ ਮੇਰੇ ਆਹ ਰੇ ਆਹ ਹੱਦ ਤੇ ਉਹ 18 ਸਾਲ ਤੋਂ ਥੱਲੇ ਦਾ ਹਰੇਕ ਦੀ ਗੁੱਟਮਾਰ ਉੱਤੇ ਹੀ ਹੋ ਜਾਂਦੀ ਹੈ ਉੱਤੇ ਵੀ ਹੋ ਜਾਂਦਾ ਕਈ ਵਾਰੀ ਦਾ ਹੋਰ ਹੋਣਾ ਇਹ ਤਾਂ ਹੁੰਦੀ ਹੈ ਨਾ ਬੜਾ ਬੜੀ ਬੜੀ ਸਾਲ ਦੇ ਤੇ ਧੱਪੜ ਮਾਰਦੇ ਨੇ ਪਾਏ ਜਾਂਦੇ ਨੇ ਨਾਲੇ ਜਿਹੜਾ ਪੁੱਤ ਆ ਬਾਪ ਨੂੰ ਹਮੇਸ਼ਾ ਉਹ ਤਾਂ ਐਂ ਲੱਗਦਾ ਵੀ ਇਹ ਤਾਂ ਜਣੇ ਕਿ ਨਾ ਵੀ ਇਹ 4-5 ਸਾਲ ਦੀ ਹੈ ਮੈਨੂੰ ਤਾਂ ਤੂੰ ਐਂ ਲੱਗਦਾ ਹਲੇ ਹੋਰ ਹੁਣ ਮੈਨੂੰ ਐਂ ਲੱਗਦਾ ਵੀ ਤੂੰ ਐਡਾ ਵੱਡਾ ਹੋ ਰਿਆ ਤਾਂ ਕਰਕੇ ਨਾਲੇ ਲੋਰੀਆਂ ਦੀ ਨਾਲੇ ਲੋਰੀਆਂ ਦੀ ਵੀ ਨਾਲੇ ਗਾਲਾਂ ਦੇ ਚਲ ਐਂ ਦੱਸ ਛੱਡ ਪਰ ਉਹ ਕਿੱਥੇ ਨੇ ਚਲ ਆ ਪੱਲੀ ਜਾ ਕੇ ਮਨ ਲਉ ਉਹਨਾਂ ਨੂੰ ਆ ਕੁੜੀ ਦੇਖ ਲੈ ਬਿਰ ਬਿਰ ਲੱਕਰੀਆ ਕਰਨ ਕੰਜਰਾ ਇਹਦੇ ਮੂੰਹ ਕਿੰਦਾ ਦੇਖ ਲੈ ਤ ਹੋਰ ਹਣਾ ਸੋਡੇ ਮੁੰਡਾ ਮੈਂ ਇੱਕ ਵਾਰ ਵੀ ਦੱਸਦਾ ਸੀ ਚਲੇ ਨੂੰ ਨਾ ਕਰਕੇ ਕਹਿੰਦਾ ਆਹ ਦੇਖ ਲਾ ਇਹ ਜਾਣ ਨੂੰ ਤਿਆਰ ਹੋ ਰਹੀ ਕਹਿੰਦੀ ਮੈਂ ਭੱਜੂਗੀ ਕਿਸੇ ਪਾਸੇ ਦੇਖ ਲਾ ਉਹ ਕੋਠੇ ਤੇ ਲੱਗ ਰਹੀ ਸੀ ਉਹ ਤਾਂ ਖੇਤ ਗਏ ਤੇ ਹੁਣ ਮੈਨੂੰ ਪਤਾ ਨਹੀਂ ਖੇਤ ਤੇ ਉਹ ਤਾਂ ਖੇਤ ਹੋਏ ਹੈ ਕੁੜੇ ਖੇਤ ਨੇ ਕਹਿੰਦਾ ਬਾਪੂ ਜੀ ਫਿਰ ਤੁਸੀਂ ਹੁਣ ਹੀ ਜਾਉਂਗੇ ਮੈਂ ਤਾਂ ਉਹੀ ਉਹੀ ਕੋਈ ਕਿਹਾ ਗਿਆ ਤਾਂ ਨਹੀਂ ਕੋਈ ਕਿਉਂ ਕਿਹਾ ਗਿਆ ਮੈਨੂੰ ਮੈਂ ਝੂਠ ਬੋਲਦਾ ਖੇਤ ਵਾਗੇ ਤੁਸੀਂ ਸਾਰੇ ਜਣੇ ਝੂਠ ਬੋਲਦਾ ਮੈਂ ਤਾਂ ਉਹ ਤੂੰ ਸਿੱਧਾ ਹੋ ਕੇ ਦੱਸ ਦੇ ਮੈਂ ਤੈਨੂੰ ਸੰਗ ਲਾ ਫਿਰ ਸਾਨੂੰ ਮਨਾਉਣਾ ਵੀ ਆਉਂਦਾ ਆ ਡਾਂਗੇ ਕਿ ਇਧਰ ਵੀ ਐ ਕਿਧਰ ਵੀ ਐ ਤੇਰੀ ਮਰਜ਼ੀ ਆ ਹੁਣ ਇਹਦੇ ਪੋਰੀਆਂ ਵੀ ਜ਼ਿਆਦੇ ਨੇ ਹਾਂ ਫੇਰ ਮੰਨੇਗਾ ਨਾਲੇ ਦੇਖ ਲੈ ਖੇਤ ਨਹੀਂ ਖੇਤ ਖੇਤ ਫੇਰ ਤੂੰ ਐ ਮੰਨੇਗਾ ਫੇਰ ਪੁਲਿਸ ਵਾਲੇ ਮਨਾ ਲੰਦੇ ਨੂੰ ਦੇਖ ਲੈ ਚੱਲੀ ਫਰਾ ਚ ਆ ਜਾ ਜੋ ਮੈਂ ਤੌ ਕੀ ਕਰਾਉਂਗੇ ਫੇਰ ਤੋ ਚੱਲ ਖੜਾ ਹੋ ਜਾ ਤੂੰ ਦੱਸੇਗਾ ਵੀ ਕਿਹੜੇ ਪਾਸੇ ਦੀ ਗਏ ਨੇ ਆ ਜਾ ਮੈਂ ਵੀ ਚੱਲਾਂ ਆ ਜਾ ਪੁੱਤ ਆ ਜਾਗੇ ਥੋੜ੍ਹ ਆ ਇੱਥੇ ਲਈ ਖੜਾ ਹੋਇਆ ਦਮ ਦੇਣੇ ਖੜਾ ਹੋ ਜਾ ਅਗਰ ਕਿੱਥੇ ਲਾਗੇ ਉਹ ਲੈ ਕੇ ਜਾਣਾ ਨਾਲ ਉਹਨੂੰ ਘਰੇ ਛੱਡ ਦੇ ਓਏ ਕੋਈ ਤੈਨੂੰ ਕੀ ਕਹਿੰਦੀ ਆ ਹੋ ਨਹੀਂ ਮੈਂ ਨਹੀਂ ਜਾਂਦਾ ਫੇਰ ਮੈਂ ਚੱਲੂੰਗੀ ਵੀਰੇ ਨਾਲ ਹਾਂ ਕੋਈ ਨਹੀਂ ਹਾਂ ਚੱਲ ਆ ਜਾ ਚੱਲ ਪੰਜਰ ਮੰਨਤ ਆ ਗਿਆ ਓਏ ਹੋਰ ਮਸਾਂ ਮਨਾਈਂਦੇ ਹਾਂ ਬਸ ਚੱਲ ਕੋਈ ਨਾ ਕੋੜੇ ਤੂੰ ਦਿਲ ਥੋੜਾ ਨਾ ਕਰ ਅਸੀਂ ਆਉਣੇ ਕੋਈ ਨਾ ਲੈ ਕੇ ਆਵਾਂਗੇ ਤੇਰੀ ਮਾਂ ਨੂੰ ਕਿਸੇ ਪਾਸੋਂ ਲਈਏ ਸਾਰਾ ਕੰਮ ਜਿੱਥੇ ਪਿਆ ਉੱਥੇ ਹੀ ਪਿਆ ਖੀਂ ਦਖੰਡਿਆ ਸਾਰਾ ਇਹੀ ਪਿਆਗਾ ਦੱਸ ਜਿਵੇਂ ਉਹੀ ਘਰੋਂ ਕੀ ਭਗ ਜਾ ਕਰਦਾ ਜਿਵੇਂ ਨਾਸ ਵੱਜਿਆ ਪਿਆਗਾ ਬਸ ਉਹ ਦੇਖ ਲਈਆ ਪਹਿਲਾਂ ਕੋਈ ਕਾਟੀਆਂ ਬੂਮਾ ਮਰ ਜਾ ਬਾਹਣ ਬਾੜਾ ਦੇਖੀ ਚੁੱਲਾ ਜਮੀ ਫੁੱਟ ਗਿਆ ਤਾਂ ਮਿੱਟੀ ਲਾਉਣੀ ਨੀ ਬੀਬੀ ਆਏ ਹਾਂ ਆਏ ਹਾਏ ਆ ਦੇਖ ਲਾ ਸਰੋਂ ਵੱਡ ਕੇ ਗਿਆ ਤੀ ਇੱਥੀ ਪਈਆ ਮੇਰੇ ਬਾਪ ਨੇ ਕਢਾਈਏ ਨਹੀਂ ਹੈਗੀ ਨਾ ਤੈਨੂੰ ਤਾਂ ਸਰੋਂ ਦੀ ਹੋ ਰਹੀ ਆ ਪਿਆ ਚੁੱਲਾ ਦੇਖ ਲੈ ਮਿੱਟੀ ਲਾਉਣ ਵਾਲੀ ਹੋ ਗਈ ਇੱਤੇ ਇਹਦਾ ਤੇਰੇ ਕੰਮ ਨੇ ਮੰਗ ਰੋ ਟੱਕ ਦਿੰਦਾ ਕਣੀਆਂ ਗੁਣੀਆਂ ਆਗੀਆਂ ਹੋਣੀਆਂ ਆਹੋ ਲਾ ਮੈਂ ਖੇਤ ਜਾਣਾ ਮੜਿਆ ਖੇਤ ਕਣੀ ਢੇੜਾ ਮਾਰਿਆ ਮੈਂ ਮੈਂ ਸਨਮਾ ਦੀ ਮੜੀ ਆ ਨਾ ਭਾਈ ਮੇਤੋਂ ਨਿਨਵਾਈ ਨਾ ਮੈਂ ਸਾਬ ਦੇ ਨਵਾ ਦੇ ਉਹ ਨਮਾ ਨਹੀਂ ਫੇਰ ਕੀ ਹੁੰਦਾ ਨਾ 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 ਤੂੰ ਆਪ ਨਹੀਂ ਨਹਾਉਂਦੀ ਮੈਂ ਕਿ ਮੇਰੀ ਗੱਲ ਸੁਣ ਭਾਈ ਮੇਰਾ ਤਾਂ ਸੋਲ ਸਰੀਰ ਹੋ ਗਿਆ ਮੇਰਾ ਤਾਂ ਜੀ ਨਹੀਂ ਕਰਦਾ ਡੰਗਰਾਂ ਢੰਗਰਾਂ ਆਪਦਾ ਕਰ ਲਈ ਮੈਨੂੰ ਨਹੀਂ ਪਤਾ ਚੁੱਪ ਕਰਕੇ ਮੈਂ ਸਨਮਾ ਦੀ ਲੈ ਕਿਵੇਂ ਨਵਾ ਨਮਾਉਣੀਆਂ ਪੈਣਗੀਆਂ ਤੈਨੂੰ ਤੱਕਾ ਕੋਈ ਮੰਗੇ ਕਿਹਿਆ ਹੁਣ ਹਾਏ ਬੇਰਬਾਹ ਉਹ ਨਹੀਂ ਆਉਂਦੀ ਨਹੀਂ ਆਏਗੀ ਲੋਟ ਕੰਮੇ ਕਰਨਾ ਛੱਡ ਗਈ ਜਮੀ ਵੇ ਵੰਗੇ ਹਾਂ ਮੈਂ ਮਾਤਾ ਆਪ ਤੇਰੇ ਨਾਲੇ ਵਗ ਚੱਲ ਪਈ ਕਰੇ ਮੇਰਾ ਵੀ ਨਹੀਂ ਜੀ ਲੱਗਦਾ ਕਿਉਂ ਤੇ ਤੋਂ ਕੰਮ ਤਾਂ ਹੁੰਦਾ ਨਹੀਂ ਮੈਂ ਸੰਮਾਰੇ ਜੀ ਦਾ ਆਪੇ ਲੱਗੂਗਾ ਮੈਨੂੰ ਜਾ ਜਾਣ ਦੇ ਖੇਤ ਕਣੀ ਮੰਗੇ ਮਾਗਰੇ ਪਟਿਆ ਲੈਣਾ ਸਾਈਕਲ ਤੇ ਲੈ ਚੱਲਦਾ ਬੀਬੀ ਐ ਤੈਨੂੰ ਕਹੇ ਮੈਂ ਸੰਮਾਰੇ ਤੂੰ ਚੁੱਪ ਕਰਕੇ ਨਾਲ ਦੱਸ ਕੀ ਅੰਡੇ ਲਵੇਂਗੀ ਕੋ ਡੱਕ ਰ ਆ ਵਗਾ ਹੋਰ ਜਾਣਾ ਦੇਖ ਲੈ ਉਧੇ ਮੱਕੀ ਬੀਜੀ ਹੋਈ ਆ ਮੈਨੂੰ ਦੇਖਣ ਦੇ ਉਹ ਮੈਂ ਮਰ ਜਾ ਲੈ ਮੰਗਾ ਤਾਂ ਕਰੋ ਵਗ ਗਿਆ ਹੈ ਮੈਨੂੰ ਕਹਿੰਦਾ ਮੈਂ ਸੰਵਾ ਦੇ ਮਾਉਣੀਆਂ ਦਾ ਪੈਣ ਗਈਆਂ ਬੱਸ ਮੈਂ ਕੀ ਕਰਾਂ ਵੀ ਤੂੰ ਇਹਨੂੰ ਨਾਲੇ ਲੈ ਜਾਂਦਾ ਸਾਈਕਲ ਤੇ ਬੈਠ ਕੇ ਮੈਂ ਵਗ ਜੰਦੀ ਨਾਲ ਫੇਰ ਇਹਦਾ ਮੰਗੇ ਨੂੰ ਵੀ ਇਕੱਲੇ ਨੂੰ ਛੱਡਣੇ ਜੀ ਕਰਦਾ ਕੰਜਰ ਮੰਨ ਕੇ ਉਹਨਾਂ ਦਾ ਦਾਰੂ ਦੂਰੂ ਪੀ ਲੈ ਕਿਤੇ ਪਰ ਪਰੋਣੇ ਨਾਲੇ ਦਾਰੂ ਪੀਂਦਾ ਸੀਗਾ ਕੱਲਾ ਤਾਂ ਇਹ ਕਾਨੂੰ ਪੀਂਦਾਗਾ ਉਹੀ ਪੀਂਦਾ ਤੇਨੂੰ ਕਬੂਤਰ ਜਾਂ ਦਾਰੂ ਮੈਂ ਕਰਨੀ ਆ ਪੈਪੇ ਪੇ ਲਾ ਕੇ ਵੈਸਾ ਨਵਾਂਉਣੀ ਆ ਓਹੋ ਜਮੀ ਦਿਮਾਗ ਖੱਲੇ ਪਿਆ ਪਹਿਲਾਂ ਪੈਪ ਚੱਕ ਕੇ ਖੜ ਗਈ ਮੈਂਸਾ ਦਾ ਫੇਰ ਨਵਾ ਦੂੰਗੀ ਮੈਂ ਤਾਂ ਚੁੱਲ੍ਹਾ ਸ ਮਾਰਦੀ ਆ ਪਹਿਲਾਂ ਹਾਂ ਜੇ ਕੋਈ ਆ ਬਗ ਜੇ ਉਸ ਦਿਰਾ ਅਗਲਾ ਕਹ ਦੂਗਾ ਆਪ ਦਾ ਚੈੱਕ ਨਹੀਂ ਮੈਂ ਕਹਦੀਆ ਚੁੱਲੇ ਤੇ ਕਿਤੋਬਾ ਮਿੱਟੀ ਦਾ ਨਹੀਂ ਲਾ ਸਕਦੀ ਹੈਗੀ ਦਰਕਰ ਖਿੰਡ ਖੰਡੇ ਆਫ ਖਿੰਡਿਆ ਪਿਆ ਸਾਰੀ ਬੱਸ ਸੁਣਦੀ ਵੀ ਨਹੀਂ ਹੈਗੀ ਐਨੀਆਂ ਬਾਜਾਂ ਮਾਰ ਲੀਆਂ ਹੈ ਨਹੀਂ ਚਾਚੀ ਕਿੰਨਾ ਟਾਈਮ ਹੋ ਗਿਆ ਮੈਨੂੰ ਉੱਥੋਂ ਲੱਗਿਆ ਮੈਂ ਬਾਜਾਂ ਮਾਰਨ ਜਮੀ ਨਹੀਂ ਐ ਨਾ ਹਾਂ ਬੋਲੀ ਨਾ ਨਾ ਬੋਲੀ ਨਹੀਂ ਓਹੋ ਨਹੀਂ ਤੈਨੂੰ ਐ ਡੀਕਦੀ ਸੀ ਆ ਗੋਹੇ ਦਾ ਸਿਆਪਾ ਕਰਕੇ ਹਟੀਆਂ ਤੈਨੂੰ ਪਤਾ ਤਾਂ ਹੈਗਾ ਦੇ ਕਿੰਨਾ ਬਾੜਾ ਇੱਧਰ ਖਾਲੀ ਪਿਆ ਹੈ ਹਾਂ ਆ ਜੋੜ ਜੋੜ ਪਾਥੀਆਂ ਤਾਂ ਰੱਖੇ ਨੇ ਜੇ ਲੱਖਣ ਹੋਵੇ ਮੈਂ ਲੜਾਂ ਕਾ ਨੂੰ ਦੇਖੀ ਲੱਖਾ ਨਹੀਂ ਕਿਸੇ ਗੱਲ ਦਾ ਤੂੰ ਕਹੇਂਗੀ ਕਹੀਆਂ ਗੱਲਾਂ ਕਰਦੀਆਂ ਪਾਥੀਆਂ ਵੀ ਜਿਹੇ ਜਿਹੇ ਆਪ ਐ 빙ੇ ਜੇ ਪੈਰਾਂ ਵਾਲੀ ਉਹ ਹੀ ਉਹਨੇ ਪਾਥੀਆਂ ਪਾਤ ਰੱਖੀਆਂ ਨੇ ਹੈਂ ਕੀ ਕੀ ਕਰ ਰੱਖਿਆ ਸੁੱਖ ਨਾਲ ਕਿੰਨਾ ਗੋਹਾ ਹੁੰਦਾ ਵੀ ਪਤ ਪਤ ਲਾ ਦੇ ਤੂੰ ਢੇਰ ਫਿਰ ਬੋਲਦੀ ਹੀ ਪ੍ਰੀਤ ਮੈਂ ਤਾਂ ਤੈਨੂੰ ਪਤਾ ਹੀ ਹੈ ਜਿਵੇਂ ਬੋਲਦੀਆਂ ਤਾਂ ਮੇਰੇ ਖੌਂਸੜੇ ਪੈਂਦੇ ਨਹੀਂ ਚਲੋ ਤਾਂ ਹੁਣ ਤੇਰੀ ਸਾਰੀ ਜ਼ਿੰਦਗੀ ਖੌਂਸੜੇ ਖਾਂਦੀ ਦੀ ਲੰਗੀ ਤੂੰ ਮੈਨੂੰ ਐਂ ਦੱਸ ਤੇਰੇ ਵੀ ਪੈਰ ਚ ਪੌਰੀ ਆ ਤਨੂ ਮੈਂ ਚੰਗੀ ਬਲੇ ਨੂੰ ਘਰੇ ਛੱਡ ਕੇ ਗਈਆਂ ਤੂੰ ਇੱਥੇ ਆ ਕੇ ਬੈਗੀ ਨਹੀਂ ਫਿਰ ਤੈਨੂੰ ਪਤਾ ਹੀ ਐ ਮੇਰੀਆਂ ਤਸੱਲੀਆਂ ਕਰੇ ਬਿਨਾ ਮੈਨੂੰ ਤਾਂ ਚੈਨ ਨਹੀਂ ਆਉਂਦੀ ਮੇਰੇ ਤਾਂ ਚਾਰੇ ਪਾਸੇ ਨਿਗਾਰਾ ਆਂਦੀ ਆ ਘਰ ਦੀ ਕਬੀਲਦਾਰੀ ਆ ਵੀ ਦੇਖਾ ਕਿੱਥੇ ਕੀ ਬੰਦਦਾ ਕਿੱਥੇ ਕੀ ਬੰਦਦਾ ਆ ਹੁਣ ਬਾਰਾ ਦੇਖਣ ਆਈ ਠੀਕ ਆ ਰਾਮਦਾਰੀ ਵੀ ਜ਼ਰੂਰੀ ਹੁੰਦੀ ਆ ਕਰਨੀ ਸਾਰਾ ਦਿਨ ਆਪਦੇ ਸਰੀਰ ਨੂੰ ਕਸ਼ਟ ਦਿਆ ਕਰ ਫਿਰ ਕਹਿੰਦੀ ਮੇਰਾ ਗੋਡਾ ਦੁਖਦਾ ਮੇਰੀ ਟੂਈ ਦੁਖਦੀ ਆ ਤੂੰ ਵੀ ਘਟ ਨਹੀਂ ਹੈਗੀ ਕਿਸੇ ਪਾਸੋਂ ਨਹੀਂ ਮੇਰੇ ਕਰਮਾਂ ਚ ਤਾਂ ਹੈ ਹੀ ਨਹੀਂ ਮੇਰੀ ਰਾਮਦਾਰੀ ਤਾਂ ਖੰਭ ਲਾ ਕੇ ਉੱਡ ਗਈ ਨਾ ਹੁਣ ਆਵੇ ਉਹ ਭਾਈ ਰੂ ਕਦੇ ਬਾਬਿਆਂ ਗੱਲ ਕਦੇ ਅੰਬੂਆਂ ਗੱਲ ਹੋਰ ਦੇਖਦਾ ਫਿਰਦੇ ਆ ਭੱਜੇ ਬੜਾ ਮਾਰ ਲਿਆ ਭਾਰ ਨੇ ਬਚਾ ਮਾਰ ਲਿਆ ਇਹ ਬੜਾ ਬੱਸ ਬੱਸ ਕਹਿੰਦੇ ਖੁੰਦੇ ਆ ਮੱਗਰ ਸੁੰਨੇ ਮਾਰਦੇ ਹੋਰ ਨ ਹੋਇਆ ਬੱਸ ਲੱਗੇ ਨੀ ਬਤੰਦਰਾ ਦੇ ਕੇ ਰਾਜੀ ਹੋਰ ਕਦੇ ਕਿਤੇ ਕਦੇ ਕਿਤੇ ਕਿਤੇ ਇਹ ਨਹੀਂ ਬਤੰਦਰਾ ਉਹ ਕਰਦਾ ਹੈਗਾ ਕੁੱਕਰੇ ਰਾਇੰਦਾ ਮੈਂ ਤੈਨੂੰ ਆ ਕਹਿੰਦੀ ਹੋਰ ਕਰੇ ਹੁਣ ਮੇਰਾ ਤਾਂ ਚਲੋ ਖੂਨ ਕਰ ਮੌਜੂਦ ਪੈਰਾ ਜੱਟਾ ਲੱਗਿਆ ਉਹ ਬੋਲਾ ਕਿਤੇ ਢੱਲ ਮਠਣਾ ਹੋ ਜੇ ਮੈਨੂੰ ਸੌਂਕ ਦੱਸਦੇ ਨਹੀਂ ਆਉਂਦੀ ਜੀ ਹੁਣ ਤਾਂ ਗੱਡੀ ਕਾਇਮ ਹੈ ਅੱਛਾ ਹਾਂ ਚੱਲ ਪੈ ਕੰਮ ਹੁਣ ਤਾਂ ਹੂੰ ਡੈਡੀ ਸਾਨੂੰ ਮੈਂ ਕਹਾਂ ਤੁਸੀਂ ਗਰਮ ਨਾ ਹੋਏ ਜੇ ਮੰਮੀ ਮਿਲ ਗਏ ਉੱਥੇ। ਅੱਛਾ ਜੀ। ਹਾਂ ਗਰਮ ਨਾ ਹੋਏ। ਠੀਕ ਹੈ ਠੀਕ। ਉਹ ਇਹ ਗਰਮ ਕਿਉਂ ਹੋਊ ਬੋਲਿਆ। ਮੈਂ 간 ਨੂੰ ਮੈਂ ਤਾਂ ਠੰਡਾ ਪਾਣੀ ਦੇ ਗਲਾਸ ਪੈਣੀ ਫਿਰੂ। ਨਹੀਂ ਚਾਚੀ। ਉਹ ਦੇਖੋ ਸਾਰਾ ਟੱਬਰ ਜਾ ਰਿਹਾ। ਇਹਨਾਂ ਨੂੰ ਕੀ ਹੋਗਾ? ਕਿਵੇਂ ਜਾਂਦੇ ਨੇ ਭੱਜੇ? ਜਿਵੇਂ ਬੁੜੀ ਫੂਕਣ ਜਾਂਦੇ ਹੁੰਦੇ ਨੇ। ਨਾਲੀ ਮਗਰ ਹੈ। ਨਹੀਂ ਹਾਂ ਕੁੜੀ ਦੇਖ ਲੈ। ਟਿੱਕੜੀ ਬਣੀ ਜਾਂਦੀ ਐ। ਖਾਣੀ ਕਿੱਧਰ ਜਾਂਦੀ ਐ? ਨਹੀਂ ਪਰਾਂ ਕਟਣ ਦੇ ਰਾਂ ਦਾ। ਮੈਂ ਘਰੇ ਜਾ ਕੇ 10 ਮਿੰਟ ਮੌਜਾ ਨਾਲ ਆਰਾਮ ਕਰ ਦੂੰਗੀ। ਨਿਕਲੇ ਪਰਾਂ ਆਪਾਂ ਨੇ ਕੀ ਕਰਾਉਣਾ ਨਾ ਤੂੰ। ਮੈਂ ਤਾਂ ਨਹੀਂ ਉਹੀ ਨੱਥੇ ਲੱਗਣ ਨੂੰ ਜੀ ਕਰਦਾ ਮੈਂ ਤਾਂ ਉਹੀ ਨਹੀਂ ਚੰਗੇ ਲੱਗਦੇ ਆ ਤੇਰੇ ਚਾਚਾ ਇਹ ਤਾਂ ਮੈਨੂੰ ਜੰਮੀ ਬਿਓ ਵਰਗਾ ਲੱਗਦਾ ਜਿਵੇਂ ਕੋਈ ਮੇਰਾ ਮੇਰ ਪੱਖ ਨਹੀਂ ਕਰਦਾ ਮੈਂ ਤਾਂ ਬਾੜਾਂ ਦੀ ਬੇਟੀ ਚੰਗੀ ਟੀ ਨਿਕਲ ਗਏ ਪਰ ਹੁਣ ਘਰੇ ਵਗ ਜੂ ਨਹੀਂ ਚਾਚੀ ਹਾਂ ਹੁਣ ਮੌਕਾ ਹੈ ਹੈ ਹੁਣ ਕਰਦਾ ਮੌਕਾ ਹੈ ਜਿੰਨਾਂ ਦਾ ਪਾਣੂ ਡਰਤੀ ਉਹ ਤਾਂ ਲੰਘ ਗਏ ਹਾਂ ਹੈ ਗੱਲ ਤਾਂ ਤੇਰੀ ਠੀਕ ਹੈ ਘਰੇ ਹੋ ਕੱਲੀ ਹੈ ਗੱਲ ਸੱਚੀ ਹੈ ਆ ਜਾ ਫਿਰ ਆਪਾਂ ਕੀ ਕਰਨ ਘਰੇ ਜਾਤੇ ਓਹੋ ਕੋਈ ਨਾ ਕੋਈ ਸਕੀਮ ਤਾਂ ਲੜਾਵਾਂਗੀ ਪਹਿਲਾਂ ਆਪਾਂ ਨੇ ਖਿਜੜੀ ਬਣਾਈ ਤੀ ਹਾਂ ਹੁਣ ਆਪਾਂ ਦੜੀਆ ਬਣਾਵਾਂਗੇ ਹਾਂ ਚਲੋ ਚਲ ਚੱਲ ਜਾ ਗਲਤੀ ਤੇ ਸੱਚੀ ਹੈ ਨਾਲੇ ਇਹੋ ਜਿਹਾ ਮੌਕਾ ਨਾ ਬਾਰੀ ਬਾਰੀ ਨਹੀਂ ਆਉਂਦਾ ਹੁੰਦਾ ਹਾਂ ਹੌਲੀ ਚੱਲ ਕਿਤੇ ਹੋਰ ਉੜ ਜੇ ਇੱਥੋਂ ਦੀ ਗੱਲ ਤਾਂ ਤੇਰੀ ਠੀਕ ਹੈ ਅੱਜ ਮੌਕਾ